ਗੁਰੂ ਵੱਲੋਂ ਟੁੱਟਦੇ ਜਾ ਰਹੇ ਆ ਅਤੇ ਦੀਵਿਆਂ 'ਤੇ ਜ਼ਿਆਦਾ ਵਿਸ਼ਵਾਸ ਕਰਨ ਲੱਗ ਪਿਆ, ਕਿਹੜੀਆਂ ਕਮੀਆਂ ਲੱਗਦੀਆਂ? ਕੋਈ ਸਾਡੇ ਕੋਈ ਸਿੱਖ ਧਰਮ ਵਿੱਚ ਪ੍ਰਚਾਰ ਦੀ ਕਮੀ ਲੱਗਦੀ ਹੈ? ਨਹੀਂ, ਪ੍ਰਚਾਰ ਤਾਂ ਵੇਖੋ ਹੁਣ ਟੀ ਵੀ 'ਤੇ ਬਹੁਤ ਜ਼ਿਆਦਾ ਹੁੰਦੇ ਆ, ਤੁਹਾਡੇ ਜਿਹੜੇ ਆ ਮੀਡੀਆ ਵਾਲੇ ਆ ਇਹ ਵੀ ਪ੍ਰਚਾਰ ਹੀ ਕਰਨ ਡੇ, ਬਹੁਤ ਵਧੀਆ ਪ੍ਰਚਾਰ ਕਰਦੇ ਤੁਸੀਂ, ਪਰ ਇਹ ਆ ਵੀ ਸਾਡਾ ਧਿਆਨ ਨਹੀਂ ਲੋਕਾਂ ਦਾ ਇਸ ਵੱਲ। ਸਵੇਰੇ ਆਪਾਂ ਜਦੋਂ ਟੀ ਵੀ ਵੀ ਲਾਉਂਦੇ ਹਾਂ ਤਾਂ ਆਪਾਂ ਨੂੰ ਚਾਹੀਦਾ ਵੀ ਪਹਿਲਾਂ ਗੁਰਬਾਣੀ ਦਾ ਲਾਓ ਅਤੇ ਬੱਚਿਆਂ ਦਾ ਧਿਆਨ ਵੀ ਉਹਨੂੰ ਹੋਵੇ, ਜੇ ਮਾਂ ਪਿਓ ਟੀ ਵੀ ਵੇਖਣ ਡਿਆ ਹੋਊਗਾ ਨਾ ਗੁਰਬਾਣੀ ਦਾ, ਅਤੇ ਬੱਚੇ ਵੀ ਇਹੋ ਵੇਖਣਗੇ ਵੀ ਸਾਡਾ ਮਾਂ ਪਿਓ ਜਿਹੜਾ ਉਹ ਕੀਰਤਨ ਨਾਲ ਜੁੜਿਆ ਅਤੇ ਅਸੀਂ ਵੀ ਉਹਨੂੰ ਜੁੜੀਏ। ਜੇ ਮਾਂ ਪਿਓ ਫਿਲਮਾਂ ਵੇਖੂਗਾ ਤਾਂ ਬੱਚਿਆਂ ਨੇ ਫਿਲਮਾਂ ਹੀ ਵੇਖਣੀਆਂ, ਇਸ ਕਰਕੇ ਆਪਾਂ ਨੂੰ ਚਾਹੀਦਾ ਵੀ ਜਿੰਨਾ ਵੀ ਹੋਵੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ ਅਤੇ ਗੁਰੂ ਘਰ ਜਾਈਏ ਅਤੇ ਗੁਰੂ ਘਰ ਦਾ ਸਤਿਕਾਰ ਕਰੀਏ ਅਤੇ ਸਭ ਤੋਂ ਵਧੀਆ ਇਹੋ ਸਿੱਖਿਆ। ਇਸ ਕਰਕੇ ਆਪ ਜੀ ਦਾ ਬੜਾ ਧੰਨਵਾਦ ਹੈ, ਬਹੁਤ ਵਧੀਆ ਹੱਕ ਅਤੇ ਸੱਚ ਦੀ ਆਵਾਜ਼ ਉਠਾਉਂਦੇ ਜੀ, ਸਭ ਤੋਂ ਵਧੀਆ ਆਪ ਜੀ ਦਾ ਉਪਰਾਲਾ, ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਖਾਲਸਾ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਅਸੀਂ ਜਿਹੜਾ ਤਰਨ ਤਾਰਨ ਵਿੱਚ ਪੈਂਦੇ ਪਿੰਡ ਪੰਜਵੜ ਦੇ ਗੁਰਦੁਆਰਾ ਸੰਤਸਰ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਬਾਬਾ ਕੁੰਦਨ ਸਿੰਘ ਜੀ ਦੀ 30ਵੀਂ ਬਰਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ। ਉਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ, ਸਾਡੇ ਨਾਲ ਇੱਥੋਂ ਪ੍ਰਬੰਧਕ ਮੌਜੂਦ ਨੇ ਅਤੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਆਪ ਜੀ ਦਾ ਆਪਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਵੀ ਜਿਹੜਾ ਤੁਸੀਂ ਇਹ ਚੰਗੇ ਕੰਮ ਵੀ ਇੱਕ ਜਿਹੜੇ ਹੋ ਰਹੇ ਆ ਸ਼ਰਧਾ ਭਾਵਨਾ ਨਾਲ ਉਹ ਵੀ ਦਿਖਾ ਰਹੇ ਹੋ ਚੈਨਲਾਂ 'ਤੇ, ਇਹ ਬਹੁਤ ਵੱਡਾ ਤੁਹਾਡਾ ਸੰਯੋਗ ਇਸ ਚੀਜ਼ ਦਾ, ਚੰਗੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ। ਦੇਖੋ ਇਹ ਇੱਕ ਸਾਧੂਆਂ ਦੇ ਮੇਲੇ ਆ ਜਿਹੜੇ 30ਵੀਂ ਬਰਸੀ ਸੰਤ ਬਾਬਾ ਕੁੰਦਨ ਸਿੰਘ ਜੀ ਕਾਰ ਸੇਵਾ ਵਾਲੇ ਇਹਨਾਂ ਨੇ ਵੱਲੋਂ ਸੇਵਾ ਵੀ ਕਰਾਈ ਗਈ ਆ ਹਜ਼ੂਰ ਸਾਹਿਬ ਬਸਪਤ ਨਗਰ ਗੁਰਦੁਆਰਾ ਸਾਹਿਬ ਦੀ, ਬਾਬਾ ਸੁਲੱਖਣ ਸਿੰਘ ਜੀ ਕਾਰ ਸੇਵਾ ਕਰਵਾਈ ਆ ਔਰ ਲੰਗਰ ਵੀ ਚੱਲਦੇ ਰਹਿੰਦੇ ਉੱਥੇ, ਹੋਲੇ ਮਹੱਲੇ 'ਤੇ ਵੀ ਚੱਲਦੇ ਆ। ਲੇਕਿਨ ਇੱਥੇ ਸੰਗਤ ਦੀ ਬਹੁਤ ਸ਼ਰਧਾ ਭਾਵਨਾ ਹੈ, ਜਿਵੇਂ ਕਿ ਸੰਤ ਬਾਬਾ ਸੁਲੱਖਣ ਸਿੰਘ ਜੀ ਆ ਪੂਰੀ ਸ਼ਰਧਾ ਨਾਲ ਹਰ ਬੰਦੇ ਦੀ ਗੱਲ ਦੀ ਸੁਣਵਾਈ ਹੁੰਦੀ ਹੈ ਅਤੇ ਗੁਰੂ ਦੇ ਲੜ ਲਾਇਆ ਜਾਂਦਾ, ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਦੂਜੇ ਪਾਸੇ ਕਿਤੇ ਵੀ ਨਹੀਂ ਤੋਰਿਆ ਜਾਂਦਾ। ਇੱਕ ਗੁਰੂ ਦੀ ਗੱਲ ਕਰਦੇ ਆ, ਸੰਗਤ ਦੇ ਵਿੱਚ ਬਹੁਤ ਭਾਵਨਾ ਹੈ। ਰਾਤ ਵੀ ਕੀਰਤਨ ਦਰਬਾਰ ਸੀ, ਸੰਗਤ ਟੁੱਟ ਸੀ, ਤਾਂ ਹੁਣ ਵੀ ਸਵੇਰ ਦੀਆਂ ਸੰਗਤਾਂ ਆਈ ਜਾਂਦੀਆਂ, ਟਾਈਮ ਕੱਢ ਕੇ ਹਰ ਬੰਦਾ ਆਪਣੀ ਸ਼ਰਧਾ ਨਾਲ ਇਹ ਬਰਸੀ ਦੇ ਵਿੱਚ ਆਉਂਦਾ ਅਤੇ ਇਸੇ ਤਰ੍ਹਾਂ ਹੀ ਸ਼ਰਧਾ ਬਣੀ ਰਹਿਣੀ ਚਾਹੀਦੀ ਆ। ਜਿੱਥੇ 500 ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਇੱਥੇ ਮੌਜੂਦ ਆ ਅਤੇ ਸੰਗਤ ਦੇ ਲਈ ਕੀ ਪ੍ਰਬੰਧ ਕੀਤੇ ਗਏ? ਸੰਗਤ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਜੀ, ਲੰਗਰ ਤਿਆਰ ਆ, ਸਾਰਾ ਚੱਲ ਰਿਹਾ, ਚਾਹ ਪਕੌੜੇ ਲੰਗਰ ਆਉਣ ਜਾਣ ਲਈ, ਗੱਡੀਆਂ ਦੀ ਪਾਰਕਿੰਗ, ਮੋਟਰਸਾਈਕਲਾਂ ਦੀ ਪਾਰਕਿੰਗ ਦਾ ਵੱਖਰਾ ਸਟਿੱਕਰ ਲਾਇਆ ਗਿਆ ਅਤੇ ਜੋੜਿਆਂ ਦੀ ਸੇਵਾ ਵੱਖਰੀ ਗੱਗੋਬੋਏ ਦੇ ਸੇਵਾਦਾਰਾਂ ਨੇ ਲਈ ਆ। ਆਹ ਵਾਂ ਪਿੰਡ ਵਾਂ ਤਾਰਾ ਸਿੰਘ ਸ਼ਹੀਦ ਉੱਥੋਂ ਦਾ ਜਿਹੜਾ ਸੰਤ ਮਹਾਂਪੁਰਸ਼, ਲੰਗਰ ਸੇਮ ਇੱਕ ਆ ਲੇਕਿਨ ਐਜ ਸਤਿਕਾਰ ਵਜੋਂ ਸੰਤਾਂ ਲਈ ਜਿਹੜੇ ਆਪਾਂ ਬੁਲਾ ਲੈਂਦੇ ਹੋਰ ਪਤਵੰਤੇ ਮਿੱਤਰ ਇਲਾਕੇ ਦੇ ਕਾਰਡ ਸ਼ਖਸੀਅਤਾਂ ਹੁੰਦੀਆਂ, ਹਾਂ ਵਧੀਆ ਸ਼ਖਸੀਅਤ, ਉਹਨਾਂ ਵਾਸਤੇ ਇੱਕ ਲੰਗਰ ਦਾ ਵੱਖਰਾ ਉਪਰਾਲਾ ਕੀਤਾ ਗਿਆ। ਲੇਕਿਨ ਲੰਗਰ ਸੇਮ ਆ, ਇੱਕੋ ਜਗ੍ਹਾ ਤੋਂ ਆ ਰਿਹਾ, ਲੰਗਰ 'ਚ ਕੋਈ ਉਹ ਹੈ ਨਹੀਂ, ਸਿਰਫ ਇੱਕ ਸਤਿਕਾਰ ਆ ਵੀ ਉਹ ਜੇ ਲੋਕਾਂ ਦੇ ਨੁਮਾਇੰਦੇ ਚੁਣੇ ਆ ਜਾਂ ਕੋਈ ਸੰਤ ਮਹਾਂਪੁਰਸ਼ ਆ ਉਹ ਆ ਰਿਹਾ ਵਾ ਜਾਂ ਕੀਰਤਨੀਆਂ ਜਥਾ ਵਾ ਜਾਂ ਕੋਈ ਕੁਇਸ਼ਰ ਆ, ਉਹਨਾਂ ਨੂੰ ਸਤਿਕਾਰ ਤਹਿਤ ਇੱਥੇ ਪ੍ਰਸ਼ਾਦਾ ਛਕਾਇਆ ਜਾਵੇ। ਜਿਵੇਂ ਗੁਰੂ ਘਰ ਦੇ ਗ੍ਰੰਥੀ ਹੁੰਦੇ ਆ, ਗੁਰੂ ਘਰ ਦੇ ਵਜ਼ੀਰ ਆ, ਉਹਨਾਂ ਨੂੰ ਸਪੈਸ਼ਲ ਇੱਥੇ ਪ੍ਰਸ਼ਾਦਾ ਛਕਾਇਆ ਜਾਂਦਾ। ਜਿਹੜੀ ਟੀਮ ਆ ਸਾਡੀ ਹਰ ਵੇਲੇ ਤਤਪਰ ਤੇ ਆ, ਕੁਛ ਸਾਡੇ ਬੰਦੇ ਪਹਿਲਾਂ ਸੰਤਾਂ ਨੂੰ ਇੱਥੋਂ ਲੈ ਕੇ ਜਾਂਦੇ ਸਟੇਜ ਤੱਕ, ਫਿਰ ਉੱਥੋਂ ਲੈ ਕੇ ਮਾਣ ਸਤਿਕਾਰ ਕੀਤਾ ਜਾਂਦਾ, ਪੂਰਾ ਸਤਿਕਾਰ ਕੀਤਾ ਜਾਂਦਾ। ਇਹ ਮਹਾਂਪੁਰਸ਼ਾਂ ਦਾ ਹੀ ਇੱਕ ਹੁਕਮ ਦੀ ਪਾਲਣਾ ਹੈ ਵੀ ਹਰ ਬੰਦੇ ਨੂੰ ਆਏ ਨੂੰ ਸਤਿਕਾਰ ਦੇਣਾ ਹੈ। ਜਿੱਥੇ ਸੰਤਾਂ ਦਾ ਸਤਿਕਾਰ ਹੋ ਰਿਹਾ ਉੱਥੇ ਸੰਗਤਾਂ ਨੂੰ ਵੀ ਇਸੇ ਤਰ੍ਹਾਂ ਸਤਿਕਾਰ ਮਿਲ ਰਿਹਾ ਔਰ ਇੱਥੇ ਸਾਨੂੰ ਇੱਕ ਦੂਜੇ ਦਾ ਕਿਹਾ ਸੁਣਿਆ, ਮੰਨਣ ਦੀ ਆਗਿਆ
ਤੇ ਬਹੁਤ ਵਧੀਆ ਸਤਿਕਾਰ ਵਾਲੀ ਗੱਲ ਮਿਲ ਜਾਂਦੀ। ਕਿੰਨੇ ਵਜੇ ਪ੍ਰੋਗਰਾਮ ਅੱਜ ਸ਼ੁਰੂ ਹੋਏ ਆ ਤੇ ਕਿੰਨੇ ਵਜੇ ਸਮਾਪਤੀ ਹੋਏਗੀ? ਸਮਾਪਤੀ ਤੋਂ ਬਾਅਦ ਫਿਰ ਕਿਹੜਾ ਪ੍ਰੋਗਰਾਮ ਕੀਤਾ, ਮੈਚ ਵੀ ਹੋ ਰਿਹਾ ਕੋਈ? ਦੇਖੋ ਜੀ, ਰਾਤ ਮੈਂ ਪਹਿਲਾਂ ਦੱਸਿਆ ਰਹਿਣ ਸਭਾਈ ਕੀਰਤਨ ਸੀ, ਸਵੇਰੇ 9 ਵਜੇ ਭੋਗ ਪਾਇਆ ਸ਼੍ਰੀ ਅਖੰਡ ਪਾਠਾ ਸਭਾ ਦੇ, ਉਸ ਤੋਂ ਬਾਅਦ ਕੀਰਤਨ ਹੋਇਆ, ਹੁਣ ਕਵੀਸ਼ਰੀ 12 ਚੱਲ ਰਹੀਆਂ, ਸੰਤਾਂ ਦਾ ਮਾਨ ਸਨਮਾਨ ਹੋ ਰਿਹਾ, 5 ਵਜੇ ਕਬੱਡੀ ਦਾ ਮੈਚ ਹੈ, ਉਹ ਹਰ ਸਾਲ ਹੀ ਇਸੇ ਤਰ੍ਹਾਂ ਹੁੰਦਾ, ਖਿਡਾਰੀਆਂ ਨੂੰ ਇਨਾਮ ਦਿੱਤੇ ਜਾਂਦੇ ਆ। ਇਹਦੇ ਨਾਲ ਜਿਹੜਾ ਸਾਡਾ ਇਲਾਕਾ ਵਾ ਉਹ ਨਸ਼ਾ ਰਹਿਤ ਰਹਿੰਦਾ। ਜੇਕਰ ਅਸੀਂ ਖਿਡਾਰੀਆਂ ਨੂੰ ਉੱਚਾ ਚੁੱਕਦੇ ਹਾਂ ਅਤੇ ਉਹਨਾਂ ਦੀ ਅਸੀਂ ਭਾਵਨਾ ਨੂੰ ਸਮਝਦੇ, ਤਾਂ ਇਹ ਸੰਤਾਂ ਦੇ ਹਿੱਸੇ ਜਿਹੀਆਂ ਚੀਜ਼ਾਂ ਆਈਆਂ, ਮੇਲੇ ਕਰਾਉਣੇ, ਪਾਠ ਕਰਾਉਣੇ, ਗ੍ਰੰਥੀ ਸਿੰਘਾਂ ਦਾ ਸਤਿਕਾਰ ਕਰਨਾ, ਕਵੀਸ਼ਰਾਂ ਦਾ ਸਤਿਕਾਰ ਕਰਨਾ, ਸੰਗਤ ਦਾ ਸਤਿਕਾਰ ਕਰਨਾ, ਇਸੇ ਤਰ੍ਹਾਂ ਹੀ ਸਾਡੇ ਕੋਲ ਜਿਹੜਾ ਕਬੱਡੀ ਦਾ ਸਤਿਕਾਰ ਕਰਾਉਂਦੇ ਸੰਤ ਮਹਾਂਪੁਰਸ਼ ਸੰਤ ਬਾਬਾ ਸੁਲੱਖਣ ਸਿੰਘ ਜੀ, ਬਹੁਤ ਚੜ੍ਹਦੀ ਕਲਾ ਨਾਲ ਸਾਰੇ ਆਪਣੇ ਭਲਵਾਨਾਂ ਨੂੰ ਨਵਾਜਦੇ ਆ, ਅਤੇ ਅਸੀਂ ਕਹਿੰਦੇ ਵੀ ਹਰ ਬੰਦੇ ਨੂੰ ਹਰ ਇਲਾਕੇ ਵਿੱਚ ਇੱਦਾਂ ਹੀ ਸਮਾਗਮ ਕਰਨੇ ਚਾਹੀਦੇ। ਸੋ ਸੰਗਤ ਜੀ, ਬੜਾ ਵੀ ਵਧੀਆ ਪ੍ਰੋਗਰਾਮ ਇੱਥੇ ਕਰਾਏ ਜਾ ਰਹੇ ਹੈ, ਸਵੇਰ ਤੋਂ ਇੱਥੇ ਰਾਗੀ ਢਾਡੀ ਜਥੇ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ, ਉੱਥੇ ਸ਼ਾਮ ਦੇ ਟਾਈਮ ਇਹ ਕਬੱਡੀ ਦਾ ਮੈਚ ਕੀਤਾ ਜਾਵੇਗਾ, ਜਿੱਥੇ ਆਪਾਂ ਕਹਿ ਲੈਂਦੇ ਕਿ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ 'ਚ ਗੁਲਤਾਨ ਹੋ ਚੁੱਕੀ ਹੈ, ਅੱਜ ਖੇਡਾਂ ਨਾਲ ਜੋੜਨ ਦੀ ਬਹੁਤ ਜ਼ਰੂਰ ਆ। ਉਸ ਸੰਬੰਧ ਵਿੱਚ ਹੋਰ ਵੀ ਇੱਥੇ ਮਾਂ ਹੈਗੇ ਨੇ ਆਪਣੇ ਬੁੱਧੀਜੀਵੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਭਾਈ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਅੱਜ ਪ੍ਰੋਗਰਾਮ ਮਨਾਇਆ ਜਾ ਰਿਹਾ ਅਤੇ ਉਸ ਤੋਂ ਬਾਅਦ ਕਬੱਡੀ ਦਾ ਮੈਚ ਕੀਤਾ ਜਾਏਗਾ, ਅਤੇ ਖੇਡਾਂ ਦੇ ਸਾਡੇ ਜੀਵਨ 'ਚ ਕੀ ਆਪਣੀ ਉਪਲਬਧੀਆਂ ਦੀ? ਖੇਡਾਂ ਦਾ ਇਹ ਆ ਵੀ ਬੱਚਿਆਂ ਨੂੰ ਇਸੇ ਤਰ੍ਹਾਂ ਉਤਸ਼ਾਹਿਤ ਕਰਨਾ ਚਾਹੀਦਾ ਵੀ ਜਿਹੜਾ ਬੱਚਾ ਖਿਡਾਰੀ ਬਣੂਗਾ ਉਹਦਾ ਧਿਆਨ ਜਿਹੜਾ ਨਸ਼ਿਆਂ ਤੋਂ ਰਹਿਤ ਹੋਊਗਾ। ਜਿਹੜਾ ਬੱਚਾ ਦੂਜੇ ਬੱਚੇ ਨੂੰ ਵੇਖੂਗਾ ਵੀ ਉਹਨੂੰ ਨਾਮ ਬੜਾ ਮਿਲਿਆ, ਕਬੱਡੀ 'ਚ ਨਾਮ ਮਿਲਦਾ, ਕੋਈ ਟਰੈਕਟਰ ਮਿਲਦਾ, ਵੱਡੀਆਂ ਵੱਡੇ ਨਾਮ ਮਿਲਦੇ ਆ, ਅਤੇ ਜਿਹੜੇ ਛੋਟੇ ਬੱਚੇ ਉਹਨਾਂ ਦੀ ਲਗਨ ਲੱਗ ਜਾਂਦੀ ਵੀ ਉਹਨਾਂ ਨੂੰ ਇੰਨਾ ਨਾਮ ਮਿਲਿਆ ਅਤੇ ਅਸੀਂ ਵੀ ਇਹੋ ਜਿਹੇ ਕੰਮ ਕਰੀਏ ਸਾਨੂੰ ਵੀ ਨਾਮ ਮਿਲ ਸਕਦਾ। ਇਸ ਕਰਕੇ ਜਿਹੜਾ ਉਪਰਾਲਾ ਨਾ ਕਬੱਡੀ ਦਾ ਬਹੁਤ ਵਧੀਆ, ਇਸੇ ਤਰ੍ਹਾਂ ਹਰ ਪਿੰਡ 'ਚ ਖੇਡਾਂ ਵੀ ਹੋਣੀਆਂ ਚਾਹੀਦੀਆਂ, ਖਿਡਾਰੀਆਂ ਨੂੰ ਨਾਮ ਵੀ ਦਿੱਤੇ ਜਾਣੇ ਚਾਹੀਦੇ ਆ। ਪਰ ਆਪਣੇ ਮੇਲੇ ਬਹੁਤ ਕਰਾਏ ਜਾਂਦੇ ਆ, ਸ਼ਤਾਬਦੀਆਂ ਮਨਾਈਆਂ ਜਾਂਦੀਆਂ ਨੇ, ਪਰ ਸਾਡੇ ਨੌਜਵਾਨ ਜਿਹੜੇ ਆ ਸਿੱਖੀ ਤੋਂ ਦੂਰ ਹੋਈ ਜਾਂਦੇ ਆ। ਅੱਜ ਆਪਾਂ ਕਹਿ ਲਈਏ ਕਿ ਨਸ਼ਿਆਂ ਦੀ ਦਲਦਲ ਵਿੱਚ ਵੀ ਬਹੁਤ ਨੌਜਵਾਨ ਫਸ ਚੁੱਕੇ ਆ। ਇਹ ਜਿਹੜਾ ਨਾ ਆਪਣਾ ਬੱਚਾ ਕੋਈ ਵੀ ਨਾ ਛੋਟਾ ਹੀ ਆ, ਉਹਨੂੰ ਜੇ ਉਹਦਾ ਮਾਂ ਪਿਓ ਗੁਰਦੁਆਰੇ ਰੋਜ਼ ਜਾਵੇ ਲੈ ਕੇ ਅਤੇ ਤਾਂ ਹੀ ਬੱਚਾ ਉਸ ਲੀਹ 'ਤੇ ਚੱਲੂਗਾ। ਜੇ ਮਾਂ ਪਿਓ ਨੇ ਨਹੀਂ ਕਦੀ ਗੁਰਦੁਆਰੇ ਮੱਥਾ ਟੇਕਿਆ ਅਤੇ ਬੱਚਾ ਕਿਤੇ ਮੱਥਾ ਟੇਕੂਗਾ? ਜੇ ਮਾਂ ਪਿਓ ਕਿਤੇ ਕਬਰਾਂ 'ਤੇ ਜਾ ਕੇ ਤੁਰਿਆ ਫਿਰੂਗਾ ਅਤੇ ਉਹਨਾਂ ਕਬਰਾਂ 'ਤੇ ਜਾਣਾ? ਜੇ ਮਾਂ ਪਿਓ ਗੁੱਲੀ ਡੰਡਾ ਖੇਡਦਾ ਫਿਰੂ ਅਤੇ ਬੱਚਿਆਂ ਨੇ ਗੁੱਲੀ ਡੰਡੇ ਖੇਡਣੇ ਆ? ਇਸ ਕਰਕੇ ਜਿਹੜਾ ਬੱਚਾ ਜਿਹੜੇ ਕੰਮ ਨੂੰ ਧਾਰਮਿਕ ਕੰਮ ਨੂੰ ਲੱਗੂਗਾ ਨਾ, ਅਤੇ ਉਸ ਮਾਂ ਪਿਓ ਦੀ ਸਿੱਖਿਆ 'ਤੇ ਲੱਗ ਸਕਦਾ। ਜੇ ਇਹੋ ਜਿਹੇ ਆਉਂਦੇ ਹੁੰਦੇ ਆ ਨਾ ਕੋਕੋ, ਉਹੋ ਜਿਹੇ ਬੱਚੇ ਹੋ ਜਾਂਦੇ ਆ। ਤੁਸੀਂ ਗੱਲ ਕਬਰਾਂ ਦੀ ਕੀਤੀ ਆ, ਕਬਰਾਂ ਦੀ ਗੱਲ ਕਰਦੇ ਇਹਦੇ ਘੱਟੋ ਲਗਭਗ 20-25 ਸਾਲ ਤੋਂ ਕਬਰਾਂ ਦਾ ਬਹੁਤ ਬੋਲਬਾਲਾ ਹੋ ਰਿਹਾ। ਦੀਵਿਆਂ ਦੇ ਪੁਜਾਰੀ ਲੋਕ ਜ਼ਿਆਦਾ ਬਣਦੇ ਜਾ ਰਹੇ ਆ, ਗੁਰੂ ਵੱਲੋਂ ਟੁੱਟਦੇ ਜਾ ਰਹੇ ਆ ਅਤੇ ਦੀਵਿਆਂ 'ਤੇ ਜ਼ਿਆਦਾ ਵਿਸ਼ਵਾਸ ਕਰਨ ਲੱਗ ਪਿਆ। ਕਿਹੜੀਆਂ ਕਮੀਆਂ ਲੱਗਦੀਆਂ, ਕੋਈ ਸਾਡੇ ਕੋਈ ਸਿੱਖ ਧਰਮ ਵਿੱਚ ਪ੍ਰਚਾਰ ਦੀ ਕਮੀ ਲੱਗਦੀ ਹੈ? ਨਹੀਂ, ਪ੍ਰਚਾਰ ਤਾਂ ਵੇਖੋ ਹੁਣ ਟੀ ਵੀ 'ਤੇ ਬਹੁਤ ਜ਼ਿਆਦਾ ਹੁੰਦੇ ਆ, ਤੁਹਾਡੇ ਜਿਹੜੇ ਆ ਮੀਡੀਆ ਵਾਲੇ ਆ ਇਹ ਵੀ ਪ੍ਰਚਾਰ ਹੀ ਕਰਨ ਡੇ, ਬਹੁਤ ਵਧੀਆ ਪ੍ਰਚਾਰ ਕਰਦੇ ਤੁਸੀਂ, ਪਰ ਇਹ ਆ ਵੀ ਸਾਡਾ ਧਿਆਨ ਨਹੀਂ ਲੋਕਾਂ ਦਾ ਇਸ ਵੱਲ। ਸਵੇਰੇ ਆਪਾਂ ਜਦੋਂ ਟੀ ਵੀ ਵੀ ਲਾਉਂਦੇ ਹਾਂ ਤਾਂ ਆਪਾਂ ਨੂੰ ਚਾਹੀਦਾ ਵੀ ਪਹਿਲਾਂ ਗੁਰਬਾਣੀ ਦਾ ਲਾਓ ਅਤੇ ਬੱਚਿਆਂ ਦਾ ਧਿਆਨ ਵੀ ਉਹਨੂੰ ਹੋਵੇ। ਜੇ ਮਾਂ ਪਿਓ ਟੀ ਵੀ ਵੇਖਣ ਡਿਆ ਹੋਊਗਾ ਨਾ ਗੁਰਬਾਣੀ ਦਾ, ਅਤੇ ਬੱਚੇ ਵੀ ਇਹੋ ਵੇਖਣਗੇ ਵੀ ਸਾਡਾ ਮਾਂ ਪਿਓ ਜਿਹੜਾ ਉਹ ਕੀਰਤਨ ਨਾਲ ਜੁੜਿਆ ਅਤੇ ਅਸੀਂ ਵੀ ਉਹਨੂੰ ਜੁੜੀਏ। ਜੇ ਮਾਂ ਪਿਓ ਫਿਲਮਾਂ ਵੇਖੂਗਾ ਤਾਂ ਬੱਚਿਆਂ ਨੇ ਫਿਲਮਾਂ ਹੀ ਵੇਖਣੀਆਂ। ਇਸ ਕਰਕੇ ਆਪਾਂ ਨੂੰ ਚਾਹੀਦਾ ਵੀ ਜਿੰਨਾ ਵੀ ਹੋਵੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ ਅਤੇ ਗੁਰੂ ਘਰ ਜਾਈਏ ਅਤੇ ਗੁਰੂ ਘਰ ਦਾ ਸਤਿਕਾਰ ਕਰੀਏ ਅਤੇ ਸਭ ਤੋਂ ਵਧੀਆ ਇਹੋ ਸਿੱਖਿਆ। ਇਸ ਕਰਕੇ ਆਪ ਜੀ ਦਾ ਬੜਾ ਧੰਨਵਾਦ ਹੈ, ਬਹੁਤ ਵਧੀਆ ਹੱਕ ਅਤੇ ਸੱਚ ਦੀ ਆਵਾਜ਼ ਉਠਾਉਂਦੇ ਜੀ, ਸਭ ਤੋਂ ਵਧੀਆ ਆਪ ਜੀ ਦਾ ਉਪਰਾਲਾ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਖਾਲਸਾ ਵਾਹਿਗੁਰੂ।
ਭਗਤ ਬਾਬਾ ਫਰੀਦ ਸਾਹਿਬ ਜੀ ਦਾ ਦਿਲੋਂ ਮੁਹੱਬਤ ਜਿਨ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਖੰਡੇ ਕੱਚਿਆ। ਇਹਦਾ ਅਰਥ ਆਪ ਜੀ ਨਾਲ ਭਾਈ ਦੁਨੀਆਂ ਉੱਤੇ ਲੋਕ ਜਿੰਨੇ ਵੀ ਵੱਸਦੇ ਨੇ ਸਾਰਿਆਂ ਨੂੰ ਇੱਕੋ ਜਿਹਾ ਨਾਂ ਸਮਝੋ, ਕਿਉਂਕਿ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਅੰਦਰੋਂ ਹੋਰ ਨੇ ਤੇ ਬਾਹਰੋਂ ਹੋਰ ਨੇ, ਕੁਝ ਇਹੋ ਜਿਹੇ ਨੇ ਵਿਰਲੇ ਕੇਈ ਕੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇਈ ਕੇ, ਤੇ ਕੁਝ ਮਹਾਤਮਾ ਸੰਤ ਜਾਨ ਜਿਹੜੇ ਇਹੋ ਜਿਹੇ ਨੇ ਜਿਹੜੇ ਅੰਦਰੋਂ ਵੀ ਪਵਿੱਤਰ ਨੇ ਤੇ ਬਾਹਰੋਂ ਵੀ ਪਵਿੱਤਰ ਨੇ, ਸਾਡੇ ਵਰਗੇ ਨਹੀਂ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸੁੱਧਾ ਕਾਲੀਆਂ ਬਾਹਰ ਚਿੱਟਵੀਆਂ, ਨਹੀਂ, ਅੰਦਰੋਂ ਵੀ ਪਵਿੱਤਰ ਤੇ ਬਾਹਰੋਂ ਵੀ ਪਵਿੱਤਰ। ਆਨੰਦ ਸਾਹਿਬ ਤੁਸੀਂ ਰੋਜ਼ ਪੜ੍ਹਦੇ ਹੋ, ਨਿਤਨੇਮ ਕਰਦੇ ਹੋ। ਇੱਕ ਉਹ ਜਿਹੜੇ ਜੀਓ ਮੈਲੇ ਬਾਹਰੋਂ ਨਿਰਮਲ, ਅੰਦਰੋਂ ਤਾਂ ਮੈਲੇ ਨੇ ਤੇ ਬਾਹਰੋਂ ਪਵਿੱਤਰ ਹੋ ਕੇ ਵਿਖਾਉਂਦੇ ਨੇ, ਕੱਪੜੇ ਬੜੇ ਸੋਹਣੇ ਪਾਏ ਨੇ, ਬੋਲ ਬੜੇ ਚੰਗੇ ਨੇ, ਆਵਾਜ਼ ਬੜੀ ਚੰਗੀ ਹੈ, ਮਿੱਠੀ ਆਵਾਜ਼, ਜੀਭ ਤੇ ਕੁਝ ਹੋਰ ਹੈ ਤੇ ਅੰਦਰ ਕੁਝ ਹੋਰ ਹੈ। ਉਹਨਾਂ ਦਾ ਕੰਮ ਕੀ ਹੈ? ਤਿੰਨੀ ਜਨਮ ਜੂਏ ਹਾਰਿਆ, ਉਹ ਸਾਰੀ ਜ਼ਿੰਦਗੀ ਆਪਣੀ ਇੱਕ ਜੂਏ ਦੀ ਨਿਆਈ ਹਾਰ ਕੇ ਚਲੇ ਜਾਂਦੇ ਨੇ। ਅਗਲੀ ਪੌੜੀ ਅੰਦਰ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਅੰਦਰੋਂ ਵੀ ਪਵਿੱਤਰ ਤੇ ਬਹੁਤੇ ਕੱਚੇ ਨੇ। ਤੇ ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਾਂ। ਇੱਕ ਵਾਰੀ ਮਸਕੀਨ ਜੀ ਨੇ ਬਚਨ ਸਾਂਝਾ ਕੀਤਾ, ਕਹਿੰਦੇ ਜੇਲ੍ਹ ਦੇ ਅੰਦਰ ਉਹ ਵੀ ਬੰਦਾ ਜਾਂਦਾ ਜਿਹਨੂੰ ਸਜ਼ਾ ਮਿਲੀ ਹੈ, ਜੇਲ੍ਹ ਅੰਦਰ ਉਹ ਵੀ ਬੰਦਾ ਜਾਂਦਾ ਜਿਹਨੂੰ ਸਜ਼ਾ ਮਿਲੀ ਹੈ, ਜੇਲ੍ਹ ਅੰਦਰ ਉਹ ਵੀ ਜਾਂਦਾ ਜਿਹੜਾ ਉਹਨਾਂ ਕੈਦੀਆਂ ਦਾ ਇਲਾਜ ਕਰਦਾ, ਭਾਵ ਡਾਕਟਰ ਹੈ। ਜੇਲ੍ਹ ਦੇ ਅੰਦਰ ਕੈਦੀ ਵੀ ਜਾ ਹੈ, ਸੰਸਾਰ ਦੇ ਵਿੱਚ ਦੋਨੋਂ ਲੋਕ ਗੁਰਮੁਖ ਵੀ ਤੇ ਮਨਮੁਖ ਵੀ। ਗੁਰਮੁਖੋ, ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫੈਸਲਾ ਹੈ, ਜਿਨ੍ਹਾਂ ਨੇ ਪਰਮੇਸ਼ੁਰ ਦਾ ਨਾਮ ਜਪਿਆ, ਜਿਨ੍ਹਾਂ ਨੇ ਬੰਦਗੀ ਕੀਤੀ, ਨਿਤਨੇਮ ਕੀਤੇ ਨੇ, ਚੰਗੇ ਕਰਮ ਕੀਤੇ ਨੇ, ਭਾਵੇਂ ਮਾੜੇ ਤੇ ਭਾਵੇਂ ਚੰਗੇ, ਸਾਰੇ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਜਿਨ੍ਹਾਂ ਨੇ ਚੰਗਾ ਬੀਜ ਲਿਆ ਉਹਨਾਂ ਨੂੰ ਫਲ ਚੰਗਾ ਪ੍ਰਾਪਤ ਹੋਣਾ, ਜਿਨ੍ਹਾਂ ਨੇ ਮਾੜਾ ਬੀਜਿਆ ਉਹਨਾਂ ਨੂੰ ਮਾੜਾ ਪ੍ਰਾਪਤ ਹੋਣਾ। ਇਸ ਕਰਕੇ ਹਰ ਰੋਜ਼ ਬਾਣੀ ਪੜ੍ਹੀਏ, ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰੀਏ, ਅਰਦਾਸ ਕਰੀਏ। ਤੇ ਅਰਦਾਸ ਕਿਹੜੀ ਕਰਨੀ? ਸਾਰਿਆਂ ਨੇ ਰਲ ਕੇ ਇੱਕ ਵਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਵੋ, ਆਪਣਾ ਨਾਮ ਦੇਵੋ, ਆਪਣਾ ਨਾਮ ਦੇਵੋ, ਆਪਣਾ ਨਾਮ ਦੇਵੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਹੋ। ਬਹੁਤ ਬਹੁਤ ਧੰਨਵਾਦ।
ਪੁਰਖ ਜਿਨ੍ਹਾਂ ਦੀ ਯਾਦ ਵਿੱਚ ਜੁੜੇ ਹਨ, ਸੰਤ ਬਾਬਾ ਕੁੰਦਰ ਸਿੰਘ ਜੀ, ਮੌਜੂਦਾ ਮਹਾਂਪੁਰਖ ਸੰਤ ਬਾਬਾ ਸੁਲੱਖਣ ਸਿੰਘ ਜੀ, ਜਿਨ੍ਹਾਂ ਨੇ ਮਾਣ ਦਿੱਤਾ ਪਹਿਲੀ ਵਾਰ ਸੱਦਾ ਪੱਤਰ ਇਸ ਅਸਥਾਨ ਤੋਂ ਆਇਆ, ਆਪ ਜੀ ਦੇ ਦਰਸ਼ਨ ਕੀਤੇ ਨੇ। ਧੰਨਵਾਦ ਸੰਤ ਬਾਬਾ ਗੁਰਬਚਨ ਸਿੰਘ ਜੀ, ਉਹ ਵੀ ਵਿਰਾਜਮਾਨ ਹਨ, ਸਾਰੀਆਂ ਸੰਗਤਾਂ ਦਾ ਧੰਨਵਾਦ, ਸਟੇਜ ਸੈਕਟਰੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਮਹਾਂਪੁਰਸ਼ਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ। ਮੁੱਖ ਅਰਦਾਸੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ, ਉਹਨਾਂ ਨੇ ਆਪ ਨਾਲ ਬਚਨ ਸਾਂਝੇ ਕੀਤੇ ਨੇ। ਮਹਾਂਪੁਰਸ਼ਾਂ ਨੂੰ ਬੇਨਤੀ ਕਰਾਂ ਕਿ ਬਾਬਾ ਗੁਰਬਚਨ ਸਿੰਘ ਜੀ ਸੁਰ ਸਕਲੇ ਮਹਾਂਪੁਰਸ਼ਾਂ ਨੂੰ ਸਨਮਾਨ ਕਰ ਦੇਣ। ਉਹਨਾਂ ਦੇ ਨਾਲ ਪੱਟੀ ਤੋਂ ਆਏ ਨੇ ਭਾਈ ਸਾਹਿਬ ਜੀ, ਉਹਨਾਂ ਦਾ ਧੰਨਵਾਦ, ਸਾਰਿਆਂ ਦਾ ਧੰਨਵਾਦ, ਕਿਉਂਕਿ ਜਿੰਨੀਆਂ ਵੀ ਸੰਗਤਾਂ ਚੱਲ ਕੇ ਆਉਂਦੀਆਂ ਨੇ ਸਾਰੇ ਅਰਦਾਸੀਆ ਸਿੰਘ ਸਨਮਾਨ ਕਰ ਰਹੇ ਨੇ ਮਹਾਂਪੁਰਸ਼ਾਂ ਦਾ। ਭਾਈ ਦਰਬਾਰ ਸਿੰਘ ਜੀ ਗੁਰਮਣੀਆਂ ਉਹ ਵੀ ਪਹੁੰਚੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਸਨਮਾਨ ਦੇਣ। ਚੌੜ ਤੋਂ ਬਾਹਰ ਭਾਈ ਸਾਹਿਬ ਜੀ ਪਹੁੰਚੇ ਨੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਨਮਾਨ ਮਹਾਂਪੁਰਸ਼ਾਂ ਕੋਲ, ਕਿਉਂਕਿ ਸਾਰਿਆਂ ਨੇ ਸੱਚਖੰਡ ਜਾ ਕੇ ਡਿਊਟੀ ਕਰਨੀ ਹੈ। ਇਹ ਚੌੜ ਦਰਬਾਰ ਨੇ ਭਾਈ ਸਾਹਿਬ ਜੀ ਇਹ ਪਹੁੰਚੇ ਨੇ ਸਾਡੇ ਕੋਲ, ਉਹਨਾਂ ਦਾ ਧੰਨਵਾਦ, ਕਿਉਂਕਿ ਸਾਰੇ ਦਾ ਤਰਜੀਹ ਆਇਆ ਮਹਾਂਪੁਰਸ਼ ਕਹਿ ਰਹੇ ਨੇ। ਸੋ ਮੈਂ ਬੇਨਤੀ ਕਰਾਂ ਸਾਰੇ ਜੋ ਸੰਪਰਦਾਵਾਂ ਦੇ ਮਹਾਂਪੁਰਸ਼ ਨੇ, ਬਾਬਾ ਜਸਵਿੰਦਰ ਸਿੰਘ ਜੀ ਪਟਿਆਲੇ ਤੋਂ, ਬਾਬਾ ਸਰਬਜੀਤ ਸਿੰਘ ਜੀ ਮਹਾਵੇ ਤੋਂ, ਉਹ ਹਾਜ਼ਰੀ ਭਰ ਕੇ ਗਏ ਨੇ, ਸਾਰਿਆਂ ਨੇ ਹਾਜ਼ਰੀ ਭਰੀ ਹੈ ਭਾਈ ਦਰਬਾਰ ਸਿੰਘ ਜੀ ਗੁਰਮਣੀਆਂ ਵਾਲੇ। ਸਤਿ ਸ੍ਰੀ ਅਕਾਲ ਬਾਬਾ ਜੀ ਪਠਾਨਕੋਟ ਤੋਂ ਆਏ ਨੇ, ਉਹਨਾਂ ਦਾ ਵੀ ਧੰਨਵਾਦ ਕਰਨਾ ਹੈ, ਕਿਉਂਕਿ ਅਦਾਸੀ ਸੰਪਰਦਾਵਾਂ ਨੇ ਆਉਂਦੇ। ਸਾਰੀ ਸੰਗਤ ਨੂੰ ਜੀ ਆਇਆ ਮਹੰਤ ਇੰਦਰਪਾਲ ਸਿੰਘ ਜੀ ਪਟਿਆਲਾ, ਮਹੰਤ ਇੰਦਰਜੀਤ ਸਿੰਘ ਜੀ ਨਾਭਾ, ਕੈਪਟਨ ਸਾਹਿਬ ਪੂਰੇ ਤੋਂ ਆਏ ਨੇ, ਭਾਈ ਲਖਵਿੰਦਰ ਸਿੰਘ ਜੀ, ਉਹਨਾਂ ਦਾ ਧੰਨਵਾਦ। ਸਿੰਘ ਸਭ ਆ ਰਹੇ ਨੇ, ਉਹਨਾਂ ਦੇ ਆਉਣ ਦੀ ਆਪਣੀ ਚੰਗੀ ਜੈਕਾਰਾ ਬੁਲਾਈਏ। ਰਾਜਵੀਰ ਸਿੰਘ ਜੀ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅਰਦਾਸੀ ਸਿੰਘ ਪਹੁੰਚੇ ਨੇ ਜੀ ਆਇਆਂ ਨੂੰ, ਸਾਡੇ ਮਾਤਾ ਜੀ ਨਿਧਾਲੇ ਤੋਂ ਪਹੁੰਚੇ ਨੇ ਜੋ ਵੀ ਅਮਰੀਕਾ ਵਿੱਚ ਹੈ, ਉਹਨਾਂ ਦੇ ਮਾਤਾ ਜੀ ਪਹੁੰਚੇ ਨੇ, ਮੇਰੇ ਗੁਆਂਢੀ ਨੇ ਜੀ ਆਇਆਂ ਨੂੰ ਜੀ ਹੈ। ਇੰਦਰਪਾਲ ਸਿੰਘ ਜੀ ਉਹਨੂੰ ਮਹਾਰਾਜ ਤੰਦਰੁਸਤੀ ਬਖਸ਼ੇ, ਸੱਚੇ ਪਾਤਸ਼ਾਹ ਕਿਰਪਾ ਕਰ, ਚੜ੍ਹਦੀ ਕਲਾ ਬਖਸ਼ੇ। ਭਾਈ ਪ੍ਰਕਾਸ਼ ਸਿੰਘ ਜੀ, ਤਰਨ ਤਾਰਨ, ਰਾਜਵੀਰ ਸਿੰਘ ਜੀ ਅਰਦਾਸੀਏ, ਭਾਈ ਬਲਵਿੰਦਰ ਸਿੰਘ ਜੀ, ਸਾਰੇ ਸਿੰਘ ਸਾਹਿਬਾਂ ਨਾਲ ਆਏ ਨੇ ਜੀ ਆਇਆ, ਸਾਰਿਆਂ ਨੂੰ ਜੀ ਆਇਆ, ਮਹਾਂਪੁਰਸ਼ ਸਨਮਾਨ ਕਰ ਰਹੇ ਨੇ ਸੰਪਰਦਾਵਾਂ ਦਾ। ਆਓ ਮੈਂ ਬੇਨਤੀ ਕਰਾਂ, ਗਿਆਨੀ ਸੋਹਣ ਸਿੰਘ ਜੀ ਪਾਓ, ਉਹ 10-15 ਮਿੰਟ ਦੇ ਆਉਣ ਦੀ ਸਮਾਂ ਸਿੰਘ ਕੋਚ ਕੇ ਲਾਉਣਾ, ਮੇਰੇ ਬਹੁਤ ਇੰਟਰਨੈਸ਼ਨਲ ਢਾਡੀ ਜੱਥਾ, ਗਿਆਨੀ ਰਣਵੀਰ ਸਿੰਘ ਜੀ ਕਾਂਗਰਸ ਸਟੇਜ 'ਤੇ ਬਿਰਾਜਮਾਨ ਨੇ, ਗੁਰਪ੍ਰੀਤ ਸਿੰਘ ਜੀ ਖਾਲਸਾ ਉਹ ਵੀ ਬਿਰਾਜਮਾਨ ਨੇ,
ਸਾਰੇ ਰਾਜ ਲਾਉਣੇ ਆ, ਗਿਆਨੀ ਦਾ ਨਾਮ ਸਿੰਘ ਜੀ ਮਲੀ ਸਾਹਿਬ ਉਹ ਵੀ ਪਹੁੰਚੇ ਨੇ, ਸਾਰੇ ਰਾਜ ਲਾਉਣੇ ਆ। ਆਓ ਮੈਂ ਬੇਨਤੀ ਕਰਾਂ, ਗਿਆਨੀ ਸਵਰ ਸਿੰਘ ਜੀ ਬਹੁਤ ਸਮਝ ਸਵਰਗ ਬੜਾ ਔਖਰ ਹੀ ਅਭਿਸ਼ੇਕ ਪਾਉਣਾ ਕਿਸੇ ਨਿਰਮਲਾਯੂ ਅਰਦਾਰ ਹੋਣਾ ਕਹਿ ਰਾਮ ਗੁਲਾਮੀ ਦੇ ਪਿੰਜਰੇ ਚੋਂ ਔਖਾ ਬਰਬਲਾ ਤਾਈ ਆਜ਼ਾਦ ਹੋਣਾ ਦੁੱਖ ਗ੍ਰਸਤ ਦਾ ਤਜਣਾ ਬੜਾ ਔਖਾ ਦੇਖ ਲਈ ਮਰਨਾ ਬਰਬਾਦ ਹੋਣਾ ਹੋਰ ਗੱਲਾਂ ਤਾਂ ਸੌਖੀਆਂ ਖਾਲਸਾਈ ਬੜਾ ਔਖਾ ਰੇ ਬੰਦੇ ਨੂੰ ਸਾਰ ਹੋਣਾ ਬਾਬਾ ਕੁੰਨਣ ਸਿੰਘ ਜੀ ਤੇਰੇ ਦਰਬਾਰ ਅੰਦਰ ਜਿਹੜਾ ਤਾਕਤਾ ਭਾਰਿਆਂ ਰੁਮਾਇਆ ਕੇ ਬਾਬੇ ਗੱਲ ਕਹਿੰਦੀਆਂ ਤੱਤੀਵਾਨਾ ਖਾਲਸਾ ਹੀ ਲੱਗਦੀ ਏ ਸਦਾ ਚੜ੍ਹਦੀਆਂ ਕਲਾਈ ਹਿੰਦੀਆਂ ਨੇ ਸਦਾ ਚੜ੍ਹਦੀਆਂ ਕਲਾ ਹਿੰਦੀਆਂ ਨੇ ਖੰਡਾਂ ਮੰਡਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਬੋਲ ਦਾ ਆਨੰਦ ਮਾਣ ਰਹੀਆਂ ਸਰਬੱਤ ਸੰਗਤ ਕਲਗੀਆਂ ਵਾਲੇ ਪਾਤਸ਼ਾਹ ਦੇ ਕਰੋ ਦੀਦਾਰ ਦੋ ਵਾਰ ਗੁਰਮੰਤਰ ਨਾਲ ਜੁੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ। ਅੱਜ ਆਪਾਂ ਉਸ ਮਹਾਨ ਤਪੱਸਵੀ ਬਾਬਾ ਕੁੰਦਨ ਸਿੰਘ ਜੀ ਦੀ ਸਲਾਨਾ ਬਖਸ਼ੀ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹਾਂ। ਸਤਿਕਾਰਯੋਗ ਸਾਧ ਸੰਗਤ ਜੀ ਆਉਣਾ ਉਸ ਮਹਾਤਮਾ ਦਾ ਸਫਲ ਹੈ ਉਹਦਾ ਨਾਂ ਹੈ ਜੋ ਕਰੇ ਅਰਦਾਸ ਪੂਰੀ ਝੱਟ ਹੋਵੇ ਜੋ ਵੀ ਮਨ ਚਾਹੇ ਇਹੋ ਜਿਹੀਆਂ ਮਹਾਨ ਹਸਤੀਆਂ ਦਾ ਜਥ ਭੋਰ ਸਦੇਜਾਂ ਤੇ ਰੋਜ ਗਾਵੇ। ਅਸੇ ਮਹਾਨ ਤਪੱਸਵੀ ਬਾਬਾ ਕੁੰਦਨ ਸਿੰਘ ਦੀ ਭਗਤੀ ਤੇ ਆਪਾਂ ਆਏ ਹਾਂ। ਨੇਕ ਮਾਈਆਂ ਵਿੱਚੋਂ ਗੁਰੂ ਦੀਆਂ ਸੰਗਤਾਂ ਮਾਇਆ ਅਰਦਾਸ ਕਰਾਉਂਦੀਆਂ ਨੇ। ਆਓ ਧਿਆਨ ਨਾਲ ਸਰਵਣ ਕਰੀਏ ਬਾਬਾ ਕੁੰਦਨ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਕੁੰਦਨ ਸਿੰਘ ਬਾਬੇ ਦੀ ਮਿੱਠੀ ਯਾਦ ਸੰਗਤ ਆਈਆ ਬੰਦਾ ਆਉਣਾ ਦੁਨੀਆਂ ਦੇ ਪਹਿਲਾਂ ਮੌਤ ਦੀ ਮੋਰ
ਉਹ ਮੇਰੀ ਪਹਿਲੀ ਪੁਸਤਕ ਮੇਰੀ ਕਾਪੀ ਆ, ਹੁਣ ਪਹਿਲੀ ਤੇਰਵੀਂ ਪੁਸਤਕ ਮੇਰੀ ਜਿਹੜੀ ਆ ਉਹਦੇ ਵਿੱਚ ਬਾਬਾ ਕੁੰਦਨ ਸਿੰਘ ਜੀ ਦੀ ਪੂਰੀ ਜੀਵਨੀ ਮੈਂ ਸੰਗਤਾਂ ਦੀ ਭੇਟਾ ਕੀਤੀ ਹੈ। ਪਹਿਲਾਂ ਵੀ ਇੱਕ ਪੁਸਤਕ ਵਿੱਚ ਉਹਨਾਂ ਦੀ ਜੀਵਨੀ ਬਾਰੇ ਜ਼ਿਕਰ ਕੀਤਾ ਸੀ। ਵਿਦੇਸ਼ਾਂ ਵਿੱਚ ਸੰਗਤਾਂ ਉਹਨਾਂ ਦੇ ਬਹੁਤ ਚੜ੍ਹਦੀ ਕਲਾ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੀਆਂ ਨੇ। ਆ ਸਮਾਂ ਬਾਹਲਾ ਨਾ ਹੋ ਜਾਵੇ ਕਵਿਤਾ ਕਹਿ ਕੇ ਸੁਣਾਉਂਦੀ ਆਦਿ ਇਹੋ ਬੇਨਤੀ ਸੰਸਾਰ ਗਈ ਐਸੇ ਪੁੱਤਰ ਨੂੰ ਜਨਮ ਦਿੱਤਾ ਜਸਾ ਬਗਨੀ ਕੋਲ ਸਾਰ ਗਈ ਬਹਰੀ ਲਾਇਆ ਪਿਆ ਗਿਆ ਕਿਉਂਕਿ ਆਯੋ ਤੇਜ ਭਾਰ ਬਾਬੇ ਮੁੰਨਣ ਸਿੱਖਦਾ ਡੂੰਘਾ ਨਿਕਲੂ ਚਮਕਦਾ ਇਹ ਜੋ ਧਰਮ ਅਸਥਾਲ ਬਾਬੇ ਮੁੰਨਣ ਸਿੱਖਦਾ ਪੂਜਿਆ ਯੋਗ ਬਸੰਤ ਕੌਰ ਮਾਂ ਪੂਜੀ ਰਸਨਾ ਕਰੋ ਪਵਿੱਤਰ ਗੱਜ ਕਿਆ ਭਾਜੀ ਸਤਨਾਮ ਮਾਨ ਸਨਮਾਨ ਸੰਦੀਪ ਕੌਰ ਦੇ ਨਾਂ ਤੋਂ ਸਤਿਗੁਰ ਕਿਰਪਾ ਕਰਨ ਉਹ ਅਰਦਾਸ ਕਰਾ ਕੇ ਗਏ ਨੇ ਕਿ ਉਸ ਭੈਣ ਦਾ ਵੀਜ਼ਾ ਲੱਗ ਜਾਵੇ ਅਵਦੇਸ਼ ਦੀ ਧਰਤੀ ਦਾ ਸਤਿਗੁਰ ਕਿਰਪਾ ਕਰਨ। ਮਹਾਂਪੁਰਖਾਂ ਵੱਲ ਹੁਕਮ ਹੋਇਆ ਕਿ ਇੱਕ ਰਚਨਾ ਹੋਰ ਕਹਿ ਦਿਓ ਜੋ ਹੁਕਮ ਹੈ। ਮੈਨੂੰ ਤਾਂ ਇੱਕ ਰਚਨਾ ਦਾ ਸਮਾਂ ਮਿਲਿਆ ਸੀ ਪਰ ਮਹਾਂਪੁਰਖਾਂ ਦਾ ਹੁਕਮ ਹੈ ਕਿ ਇੱਕ ਰਚਨਾ ਹੋਰ ਕਹੀ ਜਾਵੇ। ਆਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਿਆਹ ਪੁਰਬ ਲੰਘ ਕੇ ਗਿਆ ਹੈ, ਗੁਰੂ ਕੇ ਪੰਥ ਨੇ ਮਨਾਇਆ ਹੈ, ਗੁਰੂ ਨਾਨਕ ਸਾਹਿਬ ਦੇ ਚੋਜ ਕਹਿਣ ਦੇ ਲਿਖਣ ਤੋਂ ਬਾਹਰੇ ਨੇ। ਸਤਿਗੁਰ ਗੁਰੂ ਨਾਨਕ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਲਿਓ ਬਿਆਨ ਕਲਾ ਦੇ ਮਾਲਕ ਦੀ ਦੁਨੀਆਂ ਦੇ ਵਾਲੀ ਸਤਿਗੁਰ ਕਦੇ ਮੱਝੀਆਂ ਦਾ ਪਾਲੀ ਕਦੇ ਹਲਾ ਪਿੱਛੇ ਹਾਲੀ ਕਦੇ ਮੱਝੀਆਂ ਦਾ ਪਾਲੀ ਕਦੇ ਹਲਾ ਪਿੱਛੇ ਹਾਲੀ ਕਦੇ ਮੱਝੀਆਂ ਦਾ ਪਾਲੀ ਕਦੇ ਹੱਟ ਪਾ ਕੇ ਬਣੇ ਤੇਰੇ ਕਿਹੜੇ ਕਿਹੜੇ ਦੱਸਾਂ ਤੇਰੇ ਕਿਹੜੇ ਕਿਹੜੇ ਦੱਸਾਂ ਜੋਜ ਕਈ ਦਾ ਦਿਆ ਤੇਰੇ ਕਿਹੜੇ ਕਿਹੜੇ ਦੱਸਾਂ ਬਾਬਰ ਜ਼ੁਲਮ ਕਮਾਏ ਲੋਕੇ ਬੰਦੀ ਖਾਨੇ ਪਾਏ ਜਿੱਥੇ ਅੱਜ ਲੰਗਰ ਅਟਾਰੀ ਹੈ ਇੱਥੇ ਮੂਲ ਦਾਸ ਉਦਾਸੀ ਸੰਤ ਦਾ ਡੇਰਾ ਸੀ। ਲੁੱਟਾ ਖੋਹ ਇਸ ਡੇਰੇ ਉੱਤੇ ਆਓ ਸਰਦਾਰ ਸ਼ਾਂਤ ਸਿੰਘ ਅਟਾਰੀ ਦੇ ਵੱਡ ਡੇਰੇ ਵਿੱਚੋਂ ਸਰਦਾਰ ਕੌਰ ਸਿੰਘ ਨਗਰ ਕੌਕੇ ਅੰਦਰ ਲੈ ਗਿਆ ਤੇ ਕੌਰ ਸਿੰਘ ਨੇ ਜਾ ਕੇ ਉਸ ਥੇ ਉੱਤੇ ਆਪਣਾ ਘਰ ਪਾਇਆ। ਪੰਜਾਬੀ ਜਬਾਨ ਅੰਦਰ ਜੇ ਇੱਕ ਛੱਤਾ ਮਕਾਨ ਪਾਇਆ ਜਾਏ ਉਸ ਨੂੰ ਮਕਾਨ ਬੋਲਿਆ ਜਾਂਦਾ ਹੈ, ਜੇ ਦੋ ਮੰਜ਼ਲਾਂ ਪਾ ਦਿੱਤੀਆਂ ਦਾ ਔਰ ਉਸ ਨੂੰ ਜਵਾਰਾ ਆਖਿਆ ਜਾਂਦਾ ਹੈ, ਜੇ ਤਿੰਨ ਮੰਜ਼ਲਾਂ ਪਾ ਦਿੱਤੀਆਂ ਦਾ ਤੇ ਉਸ ਨੂੰ ਪੰਜਾਬੀ ਜਬਾਨ ਅੰਦਰ ਅਟਾਰੀ ਬੋਲਦੇ ਨੇ। ਤਿੰਨ ਮੰਜ਼ਲੇ ਪਏ ਮਕਾਨ ਦੇ ਨਾਮ ਉੱਤੇ ਉਸ ਲੱਕੜ ਦਾ ਨਾਮ ਪਿਆ ਅਟਾਰੀ। ਆਓ ਤੱਕੀਏ ਖਾਲਸਾ ਰਾਜ ਦੀ ਉੱਚੀ ਬੇੜੀ ਡੂੰਘੇ ਮੰਜ਼ ਤਾਰ ਅੰਦਰ ਉਸ ਨੂੰ ਬਚਾਉਣ ਲਈ
ਸਰਦਾਰ ਸ਼ਾਮ ਸਿੰਘ ਅਟਾਰੀ ਆਪਣੀ ਫੌਜ ਲੈ ਕੇ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਗਿਆ। ਯਾਦ ਰੱਖਣਾ ਗਦਾਰਾਂ ਦੀ ਨੀਤੀ ਦੇ ਕਾਰਨ ਜਦੋਂ ਬਰੂਦ ਖਾਨ ਨੇ ਮੱਥੇ ਉੱਤੇ ਹੱਥ ਮਾਰ ਕੇ ਆਖਿਆ ਸੀ ਸਰਦਾਰਾ ਜੇ ਤੇਰੇ ਨਾਲ ਗਦਾਰੀ ਨਾ ਕਰ ਦਾਂਗੇ ਅਸੀਂ ਸਭਰਾਵਾਂ ਦੇ ਮੈਦਾਨੇ ਜੰਗ ਅੰਦਰੋਂ ਪੰਜਾਬ ਦੀ ਕਦੀ ਹਾਰ ਮੁਕਤ ਦੇ ਰੂਪ ਵਿੱਚ ਬਦਲ ਦਿੰਦੇ। ਆਓ ਕਹੀਏ ਜਦੋਂ ਤੇਜਾ ਸਿੰਘ ਵੀ ਆਪਣੀ ਫੌਜ ਲੈ ਕੇ ਹਰ ਹੋ ਗਿਆ, ਲਾਲ ਸਿੰਘ ਵੀ ਆਪਣੀ ਫੌਜ ਲੈ ਕੇ ਹਰ ਹੋ ਗਿਆ, ਚਿੱਟੇ ਘੋੜੇ ਤੋਂ ਸਵਾਰ ਹੋ ਕੇ ਉੱਡਣ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਅਟਾਰੀ 10 ਫਰਵਰੀ 1846 ਈਸਵੀ ਨੂੰ ਦੁਪਹਿਰ ਦਾ ਇੱਕ ਵੱਜ ਰਿਹਾ ਔਰ ਸਿੱਖ ਕੌਮ ਦੀ ਤਕਦੀਰ ਕਰਦਾ ਮੈਦਾਨੇ ਜੰਗ ਅੰਦਰ ਆਪਣੇ ਸੀਨੇ ਵਿੱਚ 7 ਗੋਲੀਆਂ 18 ਫੱਟ ਤਲਵਾਰ ਦੇ ਆਪਣੇ ਸਰੀਰ ਉੱਤੇ ਖਾ ਕੇ ਜਿਵੇਂ ਸ਼ਹੀਦ ਹੁੰਦਾ ਉਹ ਸਮਰਪਿਤ ਜ਼ਿੰਦਗੀ ਦੀ ਅੰਤੋਂ ਬਾਅਦ ਕਹਿ ਕੇ ਤੁਹਾਡੇ ਕੋਲ ਖਿਮਾ ਮੰਗਾਂਗਾ। ਆਓ ਕਹੀਏ ਬੁੱਢੇ ਦੇ ਸਰਦਾਰ ਸ਼ਾਮ ਸਿੰਘ ਅਟਾਰੀ ਦੁੱਧ ਚਿੱਟੇ ਵਸਤਰ ਪਹਿਨੇ ਹੋਏ ਚਿੱਟੇ ਘੋੜੇ ਉੱਤੇ ਸਵਾਰ ਸਿੱਖ ਕੌਮ ਦੀ ਤਕਦੀਰ ਕਰਦਾ 10 ਫਰਵਰੀ 1846 ਈਸਵੀ ਨੂੰ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਤਲਵਾਰ ਤਲਵਾਰ ਦੇ 18 ਫੱਟ ਕਤਰ ਸਾਹਿਬ ਕਹਿੰਦੇ ਸਰ ਕੋਮਲ ਸਾਹਿਬ ਵੱਧ ਸਮਾਂ ਨਾ ਲਾਇਓ
ਮੈਂ ਕਿਹਾ ਮੈਂ ਬ੍ਰੇਕਾਂ ਨਵੀਆਂ ਪਵਾ ਕੇ ਰੱਖੀਆਂ, ਜਿੰਨਾ ਸਮਾਂ ਦੋਗੇ ਓਨੇ ਟਾਈਮ 'ਤੇ ਬ੍ਰੇਕਾਂ ਮਾਰ ਦਿਆਂਗਾ। ਗੱਡੀ ਭਾਵੇਂ 50 ਲੱਖ ਦੀ ਹੋਵੇ ਤਾਂ ਗੱਡੀ ਨੂੰ ਬ੍ਰੇਕਾਂ ਨਹੀਂ ਤਾਂ ਗੱਡੀ ਦੀ ਕੌਡੀ ਦਾ ਮੁੱਲ ਨਹੀਂ। ਬੰਦਾ ਭਾਵੇਂ ਕਿੰਨਾ ਵਿਦਵਾਨ ਹੋਵੇ ਜਿਹਨੂੰ ਆਪਣੇ ਟਾਈਮ ਵਿੱਚ ਨਹੀਂ ਰਹਿਣਾ ਆਉਂਦਾ, ਆਪਣੇ ਟਾਈਮ ਵਿੱਚ ਰਹਿ ਕੇ ਗੱਲ ਕਰਨੀ ਨਹੀਂ ਆਉਂਦੀ, ਉਹਦੀ ਵਿਦਵਾਨੀ ਦਾ ਕੋਈ ਮੁੱਲ ਨਹੀਂ। ਸਤਿਕਾਰਯੋਗ ਸਾਧਸੰਗ, 20 ਮਿੰਟ ਮੈਂ ਸਮਾਪਤੀ ਕਰਨੀ ਸੀ, 18 ਹੋ ਗਏ, 2 ਮਿੰਟ ਬਾਕੀ ਹੈ। ਮੈਂ ਇੱਕ ਦੋ ਅਰਦਾਸ ਕਰਕੇ ਬਾਬਾ ਜੀ ਨਾਲ ਧੰਨਵਾਦ ਕਰਕੇ ਤੁਹਾਡੇ ਕੋਲ ਖਿਮਾ ਮੰਗਣੀ ਹੈ। ਸਟੇਜ ਤੇ ਗੁਰੂ ਕੀ ਸੰਗਤ ਦੀਦਾਰ ਕਰਨ ਲਈ ਪਹੁੰਚੇ ਐਡਵੋਕੇਟ ਭਾਈ ਲੋਕਦੀਪ ਸਿੰਘ ਜੀ ਸਪੁੱਤਰ ਸੰਤ ਬਾਬਾ ਬੋਧ ਸਿੰਘ ਸਾਹਿਬ ਜੀ ਲੈ ਘੁੰਮਣਾ ਵਾਲੇ। ਹੈਲੋ ਜੀ, ਸਪੁੱਤਰ ਬਾਬਾ ਬੋਧ ਸਿੰਘ ਜੀ ਛੋਟੇ ਬੁਮਰਾਲੇ, ਉਹਨਾਂ ਦਾ ਸਨਮਾਨ, ਜੈਕ ਸਿੰਘ ਦਾ ਸਨਮਾਨ ਹੈ ਭਾਈ, ਕਿਉਂਕਿ ਜਿੰਨੇ ਵੀ ਤੁਸੀਂ ਆਏ ਜੇ ਮਹਾਂਪੁਰਸ਼ਾਂ ਦੇ ਪ੍ਰੇਮ ਦੇ ਬੰਧੇ ਹੋਏ ਆਏ ਜੇ। ਇਸ ਕਰਕੇ ਮੈਂ ਜੱਥਿਆਂ ਦੇ ਚਰਨਾਂ 'ਚ ਬੇਨਤੀ ਕਰਾਂ, ਦਵਿੰਦਰ ਸਿੰਘ ਜੀ ਸਰਪੰਚ, ਅਰਾਈਆਂ ਵਾਲੇ ਡਾਕਟਰ ਸੁਖਦੇਵ ਸਿੰਘ ਜੀ ਬੱਖੂ, ਉਹ ਵੀ ਪਹੁੰਚੇ ਨੇ, ਸਾਰਿਆਂ ਨੂੰ ਜੀ ਆਇਆ। ਜਗਤਾ ਪ੍ਰਦੇਸ਼ ਕਨੇਡਾ TV 'ਤੇ ਇਹ ਬਾਹਰ ਭਾਈ ਦਿਦਾਰ ਸਿੰਘ ਜੀ ਆਸਟ੍ਰੇਲੀਆ ਵਿੱਚ ਸਾਰਾ ਪ੍ਰੋਗਰਾਮ ਦੇਖ ਰਿਹਾ ਜੀ। ਜਿੱਥੇ ਮਾੜੀ ਜੀ ਵੀ ਗਲਤੀ ਹੋਈ ਨਾ, ਰਾਤ ਨੂੰ ਮੈਨੂੰ ਫੋਨ ਆਇਆ, ਇੱਥੇ ਗਲਤੀ ਹੋਈ। ਬੜਾ ਸਭ ਸੋਚ ਕੇ ਸਟੇਜ ਉੱਤੇ ਮਹਾਂਪੁਰਸ਼ਾਂ ਦਾ ਸਤਿਕਾਰ, ਜੀ ਆਇਆਂ ਕਰਨਾ, ਸਾਰੇ ਦਾ ਸਤਿਕਾਰ, ਸੱਦਾ ਪੱਤਰ ਦੇ ਰਹੇ ਨੇ ਮਹਾਂਪੁਰਸ਼ਾਂ ਨੂੰ ਕਿ ਇਹਨਾਂ ਵੀ ਕਿਹੜੀ ਗੱਲ ਹੋ ਰਹੀ ਹੈ। ਸਾਡੇ ਕੋਲ ਬਲਵੰਤ ਸਿੰਘ ਜੀ ਆਜ਼ਾਦ ਚਾਦੀ ਜੱਥਾ ਪਹੁੰਚਿਆ, ਉਹਨਾਂ ਦੀ ਬੇਨਤੀ ਉਹਨਾਂ ਨਾਲ ਕੀਤੀ ਸੀ ਕਿ ਥੋੜ੍ਹਾ ਸਮਾਂ ਰੁਕੋ, ਕਿਉਂਕਿ ਐਸੇ ਨਾਮਵਰ ਢਾਡੀ ਜੱਥਿਆਂ ਨੂੰ ਮੈਂ ਟਾਈਮ ਨਾਲ ਹੀ ਬੁਲਾਉਣਾ ਹੈ। ਸੋ ਆਓ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ਮੰਸ ਵਿੱਚੋਂ ਸਾਡੇ ਕੋਲ ਸ਼ਾਰਾ ਸਾਹਿਬ ਤੋਂ ਪਹੁੰਚੇ ਨੇ ਗੁਰੂ ਕੀ ਵਡਾਲੀ ਤੋਂ, ਗੁਰਮੁਖ ਪਿਆਰੇ, ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਕਿ ਜਿਹੜੇ ਸਦਾ ਖੁੱਲ੍ਹਾ ਸਭ ਦੀ ਭਰੀ ਗੰਗਾ, ਕੋਈ ਆਕੇ ਦਾਮਨ ਹਲਾਏ ਤੁਸੀਂ ਪੂਰਾ, ਕੋਈ ਆਣ ਕੇ ਤੈਨੂੰ ਅਜ਼ਮਾਏ ਤੁਸੀਂ ਸਾਰੇ ਕਾਜ ਸੌਰ ਦੇ ਖਾਲਸਾ ਜੀ, ਕੋਈ ਆਕੇ ਮਨ ਨੂੰ ਟਿਕਾਏ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਸੰਤ ਮਹਾਂਪੁਰਸ ਸ਼੍ਰੀਮਾਨ ਸੱਚਖੰਡ ਵਾਸੀ ਬਾਬਾ ਕੁੰਡ ਸਿੰਘ ਸਾਹਿਬ ਜੀ, ਸੋ ਜਿਨ੍ਹਾਂ ਦੀ ਮਿੱਠੀ ਯਾਦ ਅੰਦਰ ਸਾਲਾਨਾ ਜੁੜ ਮੇਲੇ ਦੀ ਖੁਸ਼ੀ ਅੰਦਰ ਹਾਜ਼ਰੀਆਂ ਭਰ ਰਹੇ ਹੋ, ਆ ਮਹਾਂਪੁਰਖਾਂ ਦੇ ਪਵਿੱਤਰ ਸਥਾਨਾਂ 'ਤੇ ਹਾਜ਼ਰੀਆਂ ਲਵਾਉਂਦੇ ਹੋਏ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀਸ ਚੁਕਾ ਕੇ ਰਸਨਾ ਕਰੋ, ਪਵਿੱਤਰ ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਕਹਿ ਰਹੇ ਸਨ ਕਿ ਇਹ ਕਾਲੇ ਬਣੇ ਨੇ, ਇਹਨਾਂ ਨੇ ਕਿਤੇ ਜਾਣਾ ਹੈ, ਅਤੇ ਜਾਣਾ ਵੀ ਠੀਕ ਹੈ, ਅੱਜ ਕਵੀਸ਼ਰੀ ਦਰਬਾਰ ਨਗਰ ਸੁਰਸਿੰਘ ਵਿੱਚ ਹੈ, ਉੱਥੇ ਵੀ ਜਾ ਕੇ ਮਹਾਂਪੁਰਖਾਂ ਦੇ ਹਾਜ਼ਰੀ ਲਵਾਉਣੀ ਹੈ।
ਇਹ ਸਾਡਾ ਗਵਾਂਢੀ ਨਗਰ ਹੈ, ਮਹਾਂਪੁਰਸ਼ਾਂ ਦਾ ਨਗਰ ਹੈ। ਨਗਰ ਪੰਜਵਾੜ ਦੇ ਝਬਾਲ ਵਿੱਚ ਕੋਈ ਫਰਕ ਨਹੀਂ ਪਾਉਂਦਾ, ਜਿੱਥੇ ਗੁਰੂ ਕੀ ਸੰਗਤ ਨਗਰ ਝਬਾਲ ਤੋਂ ਆਈ ਹੈ ਉੱਥੇ ਮਹਾਂਪੁਰਖ ਬਹੁਤ ਹੀ ਸਤਿਕਾਰਯੋਗ ਬਾਬਾ ਗੁਰਸੇਵਕ ਸਿੰਘ ਜੀ ਵੀ ਮਾਤਾ ਭਾਗ ਕੌਰ ਦੀ ਸੇਵਾਦਾਰ ਹਾਜ਼ਰੀਆਂ ਵਾਲੇ ਨੇ। ਸਤਿਕਾਰਯੋਗ ਵੀਰ ਗੁਰਦੀਪ ਸਿੰਘ ਜੀ ਬਹੁਤ ਸਾਰਾ ਮਾਣ ਸਨਮਾਨ ਮਾਇਆ ਹਾਜ਼ਰ ਕਰ ਗਏ ਨੇ। ਜਥੇਦਾਰ ਤਰੋਕ ਸਿੰਘ ਜੀ ਮਾਇਆ ਹਾਜ਼ਰ ਕਰ ਗਏ ਨੇ। ਜਥੇਦਾਰ ਨਿਰਮਲ ਸਿੰਘ ਜੀ ਵਡਾਲੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਨਮਾਨ ਮਾਇਆ ਹਾਜ਼ਰ ਹੋਈ ਹੈ। ਬਹੁਤ ਸਤਿਕਾਰ ਯਾਰ ਚਾਰ ਅਬੂ ਬਕਰ ਸਦੀਕ ਹਜ਼ਰਤ ਅਲੀ ਉਸਮਾਨ ਜੁਨੈਨ ਤੇ ਉਮਰ ਖਤਾਬ ਜੇ ਵੇਖੋ ਮੁਸਲਮਾਨਾਂ ਦੀਆਂ ਧਾਰਮਿਕ ਕਿਤਾਬਾਂ ਤੇ ਉਹ ਵੀ ਚਾਰ ਕੁਰਾਨ ਅੰਜੀਲ ਤੌਰੇਤ ਤੇ ਜਬੂਰ ਜੇ ਇਹਨਾਂ ਦੇ ਇਮਾਮ ਇਮਾਮਾ ਉਹ ਵੀ ਚਾਰ ਹੰਬਲ ਸਾਫੀ ਮਲਕ ਤੇ ਹਰੀਫਾ ਜੇ ਵੇਖੋ ਬਰਮਾ ਦੇ ਮੁੱਖ ਤੇ ਚਾਰ ਜੇ ਉਹਨੇ ਵੇਦ ਰਚੇ ਤੇ ਚਾਰ ਸ਼ਿਆਮ ਰਿਗ ਜੁਜਰ ਅਥਰਵਣ ਜੇ ਉਹਨੇ ਚੌਂ ਪੁੱਤਰਾਂ ਨੂੰ ਜਨਮ ਦਿੱਤਾ ਇੱਕੇ ਵਾਰ ਉਹ ਹੈ ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਜੇ ਵੇਖੋ ਚਾਰ ਪਦਾਰਥ ਸਾਧ ਜਨਾਂ ਕੀ ਸੇਵਾ ਲਾ ਕੇ ਧਰਮ ਅਰਥ ਕਾਮ ਤੇ ਮੋਹ ਇਹ ਚਾਰ ਪਦਾਰਥ ਨੇ। ਦੋ ਇੱਥੋਂ ਦੇ ਦੋਦੀ ਬੁੱਧੀ ਨਮਦਾ ਬੁੱਧੀ ਚਮੜਾ ਬੁੱਧੀ ਤੇਰੀਆ ਬੁੱਧੀ ਤੇ ਵਿਵੇਕ ਬੁੱਧੀ ਜੇ ਵੇਖੋ ਕੋਈ ਵੀ ਆ ਸਕਦਾ ਹੈ ਵਰਨਾ ਮਸੀਤੇ ਹਿੰਦੂ ਨਹੀਂ ਜਾਂਦਾ ਤੇ ਮੰਦਰੇ ਮੁਸਲਮਾਨ ਨਹੀਂ ਜਾਂਦਾ। ਤੇ ਵੇਖੋ ਚਾਰ ਕੀਰਤਨ ਦੀਆਂ ਚੌਂਕੀਆਂ ਹਰਿਮੰਦਰ ਸਾਹਿਬ ਚਾਰ ਮੇਨ ਜਿਹੜੀ ਅੰਮ੍ਰਿਤ ਵੇਲੇ ਸੁਣਦੇ ਆਸਾ ਦੀ ਸਾਧ ਸੰਗਤ ਜੀ 10 ਵਜੇ ਚਰਨ ਕਮਲ ਦੀ ਸ਼ਾਮ ਨੂੰ ਸੋਦਰ ਦੀ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਖਾ ਸੁਣਾਉਂਦੇ ਆ ਉਦੋਂ ਸਾਧ ਸੰਗਤ ਜੀ ਸੋਦਰ ਦੀ ਚੌਂਕੀ ਜਦੋਂ ਲਾਵਾਂ ਦੀਆਂ ਉਚਾਰੀਆਂ ਵੀ ਚੌਥੇ ਪਾਤਸ਼ਾਹ ਦੀਆਂ ਅਤੇ ਲਾਵਾਂ ਵੀ ਚਾਰ ਹੈ ਅਤੇ ਸਾਧ ਸੰਗਤ ਜੀ ਜਦੋਂ ਬੰਦਾ ਹਰਜੀ ਹਰ ਹੁੰਦਾ ਉਹਨੂੰ ਚੁੱਕਣ ਵਾਲੇ ਵੀ ਮੈਂ ਨਹੀਂ ਕਹਿੰਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਅਤੇ ਚਾਰ ਮੁਕਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹਨੂੰ ਕੋਈ ਲਾਗ ਮਾਤਰ ਨਹੀਂ ਅਤੇ ਉਹਦੇ ਵੀ 404 ਅੰਗ ਤੇ ਦਰਸ਼ਨ ਪਰਸਨ ਸਰਸਨ ਅਤੇ ਹਸਨ ਹੈ ਤਾਂ ਬਹੁਤ ਕੁਝ ਹੈ ਪਰ ਮੈਂ ਨੇੜੇ ਆਉਣਾ। ਸਾਧ ਸੰਗਤ ਜੀ ਜਦੋਂ ਵੇਖੋ ਫਤਿਹ ਬੁਲਾਈ ਗਈ ਉਦੋਂ ਵੀ 24 ਅੱਖਰਾਂ ਦੀ ਜਾਪ 24 ਅੱਖਰਾਂ ਦਾ ਜੇ ਹਿੰਦੂ ਰਾਮ ਰਾਮ ਆਉਂਦੇ 4 ਅੱਖਰ ਹੈ ਜੇ ਸੀਤਾ ਰਾਮ ਆਉਂਦੇ 4 ਅੱਖਰ ਹੈ ਜੇ ਹਰੇ ਰਾਮ ਆਉਂਦੇ 4 ਅੱਖਰ ਮੈਂ ਰਾਮ ਨਹੀਂ ਹਰਿਆ ਹਰਿਆ ਕ੍ਰਿਸ਼ਨ ਹੈ ਜੇ ਪੜ੍ਹਨਾ ਹੋਵੇ ਖੜਗ ਸਿੰਘ ਨੇ ਜੰਗ ਪੜ੍ਹ ਲਓ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਸਾਧ ਸੰਗਤ ਜੀ ਹਰਿਆ ਕ੍ਰਿਸ਼ਨ ਹੈ ਰਾਮ ਨਹੀਂ ਹਰਿਆ ਜੇ ਨਾਰਾਇਣ ਆਉਂਦੇ ਤਾਂ ਵੀ 4 ਅੱਖਰ ਹੈ ਜੇ ਆਪਾਂ ਸਤਨਾਮ ਵਾਹਿਗੁਰੂ
ਤਿਆਗੀ
ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮੰਗਣੀਆਂ ਗੋਬਿੰਦ 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 ਸੰਗ ਨਾਮ ਦਿਓ ਮੇਲਾ ਪ੍ਰਤੱਖ ਕੁਸਾਈਆ
ਗੋਬਿੰਦ 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 ਸੰਗ ਨਾਮ ਦੇ ਹੋ ਮੰਨੀ ਸੰਗ ਨਾਮ ਦੇ ਹੋ ਮੰਨੀ ਸੰਗ ਨਾਮ ਦੇ ਹੋ ਮੰਨੀ ਨਾ ਵਾਹਿਗੁਰੂ ਜੀ ਦੀਪ ਜੀ ਉਹਨੇ ਦੋ ਅਕਬਰ ਦਾ ਸ਼ਬਦ ਪੜ੍ਹਨਾ ਹੈ ਮਹਾਂਪੁਰਸ਼ ਸਟੇਜ 'ਤੇ ਆ ਰਹੇ ਨੇ ਉਹਨਾਂ ਦਾ ਧੰਨਵਾਦ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਖਬਰਾਂ ਭੇਜੀਆਂ ਨੇ ਉਹਨਾਂ ਨੇ ਜੀ ਆਇਆਂ ਨੇ ਆਓ ਬੱਚੇ ਕੋਲੋਂ ਸ਼ਬਦ ਸੁਣ ਲਈ ਟੈਂਟ ਵਾਲੇ ਵੀਰ ਅਤੇ ਸਾਊਂਡ ਵਾਲੇ ਵੀਰ ਉਹ ਮਹਾਂਪੁਰਸ਼ਾਂ ਕੋਲ ਸਨਮਾਨਿਤ ਭਾਈ ਲੈ ਲਓ ਕਿਉਂਕਿ ਸਟਾਰਾਂ ਨੇ ਸਮਾਪਤੀ ਕਰਨੀ ਹੈ ਅਤੇ ਸਾਰੇ ਸਨਮਾਨਿਤ ਲਈ ਜਾਓ ਟੈਂਟ ਵਾਲੇ ਵੀਰ ਟਾਊਨ ਸੁਖਵਿੰਦਰ ਸਿੰਘ ਜੀ ਫਰੌਰ ਵਾਲੇ ਬਹੁਤ ਵੱਡਾ ਕਾਰਜ ਹਰ ਸਾਲ ਲੋੜਵੰਦ ਬੱਚਿਆਂ ਦੇ ਆਨੰਦ ਕਾਰਜ ਕਰਵਾ ਕੇ ਕਰਵਾਉਂਦੇ ਨੇ ਹੋਰ ਵੀ ਬੇਅੰਤ ਮਹਾਂਪੁਰਸ਼ ਔਰ ਪੰਜਵਾੜੇ ਵਾਲੇ ਮਹਾਂਪੁਰਸ਼ ਸ਼ਹੀਦਾਂ ਦੇ ਅਸਥਾਨ 'ਤੇ ਉਹ ਵੀ ਸੰਗਤਾਂ ਦੇ ਵਿੱਚ ਤਸ਼ਰੀਫ ਲਿਆਏ ਨੇ ਬੇਅੰਤ ਗੁਰੂ ਕੀ ਸੰਗਤ ਸਮਾਂ ਬਹੁਤ ਸੀਮਿਤ ਹੈ ਆਓ ਪਿਆਰ ਸਤਿਕਾਰ ਸਹਿਤ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਪਿਆਰ ਵਿੱਚ ਬਚਨ ਕਹੇ ਨੇ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ, ਸੰਤ ਦੀ ਰਸਨਾ ਤੇ ਸਤਿਗੁਰੂ ਵਸਦੇ ਨੇ। ਸੰਤ ਜੋ ਜੋ ਬਚਨ ਕਹਿੰਦੇ ਨੇ ਉਹ ਸੰਤ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਅਸੀਂ ਜਿਹੜਾ ਤਰਨ ਤਾਰਨ ਵਿੱਚ ਪੈਂਦੇ ਪਿੰਡ ਪੰਜਵੜ ਦੇ ਗੁਰਦੁਆਰਾ ਸੰਤਸਰ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਬਾਬਾ ਕੁੰਦਨ ਸਿੰਘ ਜੀ ਦੀ 30ਵੀਂ ਬਰਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ। ਉਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ, ਸਾਡੇ ਨਾਲ ਇੱਥੋਂ ਪ੍ਰਬੰਧਕ ਮੌਜੂਦ ਨੇ ਅਤੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਆਪ ਜੀ ਦਾ ਆਪਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਵੀ ਜਿਹੜਾ ਤੁਸੀਂ ਇਹ ਚੰਗੇ ਕੰਮ ਵੀ ਇੱਕ ਜਿਹੜੇ ਹੋ ਰਹੇ ਆ ਸ਼ਰਧਾ ਭਾਵਨਾ ਨਾਲ ਉਹ ਵੀ ਦਿਖਾ ਰਹੇ ਹੋ ਚੈਨਲਾਂ 'ਤੇ। ਇਹ ਬਹੁਤ ਵੱਡਾ ਤੁਹਾਡਾ ਸੰਯੋਗ ਇਸ ਚੀਜ਼ ਦਾ, ਚੰਗੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ। ਦੇਖੋ, ਇਹ ਇੱਕ ਸਾਧੂਆਂ ਦੇ ਮੇਲੇ ਆ ਜਿਹੜੇ 30ਵੀਂ ਬਰਸੀ ਸੰਤ ਬਾਬਾ ਕੁੰਦਨ ਸਿੰਘ ਜੀ ਕਾਰ ਸੇਵਾ ਵਾਲੇ, ਇਹਨਾਂ ਨੇ ਵੱਲੋਂ ਸੇਵਾ ਵੀ ਕਰਾਈ ਗਈ ਆ ਹਜ਼ੂਰ ਸਾਹਿਬ ਬਸਪਤ ਨਗਰ ਗੁਰਦੁਆਰਾ ਸਾਹਿਬ ਦੀ, ਬਾਬਾ ਸੁਲੱਖਣ ਸਿੰਘ ਜੀ ਕਾਰ ਸੇਵਾ ਕਰਵਾਈ ਆ, ਔਰ ਲੰਗਰ ਵੀ ਚੱਲਦੇ ਰਹਿੰਦੇ ਉੱਥੇ, ਹੋਲੇ ਮਹੱਲੇ 'ਤੇ ਵੀ ਚੱਲਦੇ ਆ। ਲੇਕਿਨ ਇੱਥੇ ਸੰਗਤ ਦੀ ਬਹੁਤ ਸ਼ਰਧਾ ਭਾਵਨਾ ਹੈ, ਜਿਵੇਂ ਕਿ ਸੰਤ ਬਾਬਾ ਸੁਲੱਖਣ ਸਿੰਘ ਜੀ ਆ, ਪੂਰੀ ਸ਼ਰਧਾ ਨਾਲ ਹਰ ਬੰਦੇ ਦੀ ਗੱਲ ਦੀ ਸੁਣਵਾਈ ਹੁੰਦੀ ਹੈ ਅਤੇ ਗੁਰੂ ਦੇ ਲੜ ਲਾਇਆ ਜਾਂਦਾ। ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਦੂਜੇ ਪਾਸੇ ਕਿਤੇ ਵੀ ਨਹੀਂ ਤੋਰਿਆ ਜਾਂਦਾ, ਇੱਕ ਗੁਰੂ ਦੀ ਗੱਲ ਕਰਦੇ ਆ। ਸੰਗਤ ਦੇ ਵਿੱਚ ਬਹੁਤ ਭਾਵਨਾ ਹੈ, ਰਾਤ ਵੀ ਕੀਰਤਨ ਦਰਬਾਰ ਸੀ, ਸੰਗਤ ਟੁੱਟ ਸੀ, ਤਾਂ ਹੁਣ ਵੀ ਸਵੇਰ ਦੀਆਂ ਸੰਗਤਾਂ ਆਈ ਜਾਂਦੀਆਂ, ਟਾਈਮ ਕੱਢ ਕੇ ਹਰ ਬੰਦਾ ਆਪਣੀ ਸ਼ਰਧਾ ਨਾਲ ਇਹ ਬਰਸੀ ਦੇ ਵਿੱਚ ਆਉਂਦਾ, ਅਤੇ ਇਸੇ ਤਰ੍ਹਾਂ ਹੀ ਸ਼ਰਧਾ ਬਣੀ ਰਹਿਣੀ ਚਾਹੀਦੀ ਆ। ਜਿੱਥੇ 500 ਦੀ ਤਦਾਦ ਦੇ ਵਿੱਚ ਸੰਗਤ ਇੱਥੇ ਮੌਜੂਦ ਆ, ਅਤੇ ਸੰਗਤ ਦੇ ਲਈ ਕੀ ਪ੍ਰਬੰਧ ਕੀਤੇ ਗਏ? ਸੰਗਤ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਜੀ, ਲੰਗਰ ਤਿਆਰ ਆ, ਸਾਰਾ ਚੱਲ ਰਿਹਾ, ਚਾਹ ਪਕੌੜੇ ਲੰਗਰ ਆਉਣ ਜਾਣ ਲਈ, ਗੱਡੀਆਂ ਦੀ ਪਾਰਕਿੰਗ, ਮੋਟਰਸਾਈਕਲਾਂ ਦੀ ਪਾਰਕਿੰਗ ਦਾ ਵੱਖਰਾ ਸਟਿੱਕਰ ਲਾਇਆ ਗਿਆ, ਅਤੇ ਜੋੜਿਆਂ ਦੀ ਸੇਵਾ ਵੱਖਰੀ ਗੱਗੋਬੋਏ ਦੇ ਸੇਵਾਦਾਰਾਂ ਨੇ ਲਈ ਆ। ਆਹ ਵਾਂ ਪਿੰਡ ਵਾਂ ਤਾਰਾ ਸਿੰਘ ਸ਼ਹੀਦ, ਉੱਥੋਂ ਦਾ ਜਿਹੜਾ ਸੰਤ ਮਹਾਂਪੁਰਸ਼, ਲੰਗਰ ਸੇਮ ਇੱਕ ਆ, ਲੇਕਿਨ ਐਜ ਸਤਿਕਾਰ ਵਜੋਂ ਸੰਤਾਂ ਲਈ ਜਿਹੜੇ ਆਪਾਂ ਬੁਲਾ ਲੈਂਦੇ ਹੋਰ ਪਤਵੰਤੇ ਮਿੱਤਰ ਇਲਾਕੇ ਦੇ ਕਾਰਡ ਸ਼ਖਸੀਅਤਾਂ ਹੁੰਦੀਆਂ, ਹਾਂ ਵਧੀਆ ਸ਼ਖਸੀਅਤ, ਉਹਨਾਂ ਵਾਸਤੇ ਇੱਕ ਲੰਗਰ ਦਾ ਵੱਖਰਾ ਉਪਰਾਲਾ ਕੀਤਾ ਗਿਆ। ਲੇਕਿਨ ਲੰਗਰ ਸੇਮ ਆ, ਇੱਕੋ ਜਗ੍ਹਾ ਤੋਂ ਆ ਰਿਹਾ, ਲੰਗਰ 'ਚ ਕੋਈ ਉਹ ਹੈ ਨਹੀਂ, ਸਿਰਫ ਇੱਕ ਸਤਿਕਾਰ ਆ ਵੀ ਉਹ ਜੇ ਲੋਕਾਂ ਦੇ ਨੁਮਾਇੰਦੇ ਚੁਣੇ ਆ ਜਾਂ ਕੋਈ ਸੰਤ ਮਹਾਂਪੁਰਸ਼ ਆ ਉਹ ਆ ਰਿਹਾ ਵਾ ਜਾਂ ਕੀਰਤਨੀਆਂ ਜਥਾ ਵਾ ਜਾਂ ਕੋਈ ਕੁਇਸ਼ਰ ਆ, ਉਹਨਾਂ ਨੂੰ ਸਤਿਕਾਰ ਤਹਿਤ ਇੱਥੇ ਪ੍ਰਸ਼ਾਦਾ ਛਕਾਇਆ ਜਾਵੇ, ਜਿਵੇਂ ਗੁਰੂ ਘਰ ਦੇ ਗ੍ਰੰਥੀ ਹੁੰਦੇ ਆ, ਗੁਰੂ ਘਰ ਦੇ ਵਜ਼ੀਰ ਆ, ਉਹਨਾਂ ਨੂੰ ਸਪੈਸ਼ਲ ਇੱਥੇ ਪ੍ਰਸ਼ਾਦਾ ਛਕਾਇਆ ਜਾਂਦਾ। ਜਿਹੜੀ ਟੀਮ ਆ ਸਾਡੀ ਹਰ ਵੇਲੇ ਤਤਪਰ 'ਤੇ ਆ, ਕੁਛ ਸਾਡੇ ਬੰਦੇ ਪਹਿਲਾਂ ਸੰਤਾਂ ਨੂੰ ਇੱਥੋਂ ਲੈ ਕੇ ਜਾਂਦੇ ਸਟੇਜ ਤੱਕ, ਫਿਰ ਉੱਥੋਂ ਲੈ ਕੇ ਮਾਣ ਸਤਿਕਾਰ ਕੀਤਾ ਜਾਂਦਾ, ਪੂਰਾ ਸਤਿਕਾਰ ਕੀਤਾ ਜਾਂਦਾ। ਇਹ ਮਹਾਂਪੁਰਸ਼ਾਂ ਦਾ ਹੀ ਇੱਕ ਹੁਕਮ ਦੀ ਪਾਲਣਾ ਹੈ ਵੀ ਹਰ ਬੰਦੇ ਨੂੰ ਆਏ ਨੂੰ ਸਤਿਕਾਰ ਦੇਣਾ ਹੈ। ਜਿੱਥੇ ਸੰਤਾਂ ਦਾ ਸਤਿਕਾਰ ਹੋ ਰਿਹਾ ਉੱਥੇ ਸੰਗਤਾਂ ਨੂੰ ਵੀ ਇਸੇ ਤਰ੍ਹਾਂ ਸਤਿਕਾਰ ਮਿਲ ਰਿਹਾ, ਔਰ ਇੱਥੇ ਸਾਨੂੰ ਇੱਕ ਦੂਜੇ ਦਾ ਕਿਹਾ ਸੁਣਿਆ, ਮੰਨਣ ਦੀ ਆਗਿਆ, ਅਤੇ ਬਹੁਤ ਵਧੀਆ ਸਤਿਕਾਰ ਵਾਲੀ ਗੱਲ ਮਿਲਦੀ। ਕਿੰਨੇ ਵਜੇ ਪ੍ਰੋਗਰਾਮ ਅੱਜ ਸ਼ੁਰੂ ਹੋਇਆ ਅਤੇ ਕਿੰਨੇ ਵਜੇ ਸਮਾਪਤੀ ਹੋਏਗੀ? ਸਮਾਪਤੀ ਤੋਂ ਬਾਅਦ ਫਿਰ ਕਿਹੜਾ ਪ੍ਰੋਗਰਾਮ ਕੀਤਾ, ਮੈਚ ਵੀ ਹੋ ਰਿਹਾ ਕੋਈ? ਦੇਖੋ ਜੀ, ਰਾਤ ਮੈਂ ਪਹਿਲਾਂ ਦੱਸਿਆ ਰਹਿਣ ਸਭਾਈ ਕੀਰਤਨ ਸੀ, ਸਵੇਰੇ 9 ਵਜੇ ਭੋਗ ਪਾਇਆ ਸ੍ਰੀ ਅਖੰਡ ਪਾਠਾ ਸਾਹਿਬਾਂ ਦੇ, ਉਸ ਤੋਂ ਬਾਅਦ ਕੀਰਤਨ ਹੋਇਆ, ਹੁਣ ਕੁਇਸ਼ਰੀ 12 ਚੱਲ ਰਹੀਆਂ, ਸੰਤਾਂ ਦਾ ਮਾਣ ਸਨਮਾਨ ਹੋ ਰਿਹਾ, 5 ਵਜੇ ਕਬੱਡੀ ਦਾ ਮੈਚ ਹੈ, ਉਹ ਹਰ ਸਾਲ ਹੀ ਇਸੇ ਤਰ੍ਹਾਂ ਹੁੰਦਾ, ਖਿਡਾਰੀਆਂ ਨੂੰ ਨਾਮ ਦਿੱਤੇ ਜਾਂਦੇ ਆ। ਇਹਦੇ ਨਾਲ
ਜਿਹੜਾ ਸਾਡਾ ਇਲਾਕਾ ਵਾ ਉਹ ਨਸ਼ਾ ਰਹਿਤ ਰਹਿੰਦਾ। ਬਿਲਕੁਲ, ਜੇਕਰ ਅਸੀਂ ਖਿਡਾਰੀਆਂ ਨੂੰ ਉੱਚਾ ਚੁੱਕਦੇ ਹਾਂ ਅਤੇ ਉਹਨਾਂ ਦੀ ਅਸੀਂ ਭਾਵਨਾ ਨੂੰ ਸਮਝਦੇ ਅਤੇ ਇਹ ਸੰਤਾਂ ਦੇ ਹਿੱਸੇ ਜਿਹੀਆਂ ਚੀਜ਼ਾਂ ਆਈਆਂ, ਮੇਲੇ ਕਰਾਉਣੇ, ਪਾਠ ਕਰਾਉਣੇ, ਗ੍ਰੰਥੀ ਸਿੰਘਾਂ ਦਾ ਸਤਿਕਾਰ ਕਰਨਾ, ਕਮਿਸ਼ਨਰਾਂ ਦਾ ਸਤਿਕਾਰ ਕਰਨਾ, ਸੰਗਤ ਦਾ ਸਤਿਕਾਰ ਕਰਨਾ, ਇਸੇ ਤਰ੍ਹਾਂ ਹੀ ਸਾਡੇ ਕੋਲ ਜਿਹੜਾ ਕਬੱਡੀ ਦਾ ਸਤਿਕਾਰ ਕਰਾਉਂਦੇ ਆ ਮਹਾਂਪੁਰਸ਼ ਸੰਤ ਬਾਬਾ ਸੁਲੱਖਣ ਸਿੰਘ ਜੀ, ਬਹੁਤ ਚੜ੍ਹਦੀ ਕਲਾ ਨਾਲ ਸਾਰੇ ਆਪਣੇ ਭਲਵਾਨਾਂ ਨੂੰ ਨਵਾਜਦੇ ਆ ਅਤੇ ਅਸੀਂ ਕਹਿੰਦੇ ਵੀ ਹਰ ਬੰਦੇ ਨੂੰ ਹਰ ਇਲਾਕੇ ਵਿੱਚ ਇੱਦਾਂ ਹੀ ਸਮਾਗਮ ਕਰਨੇ ਚਾਹੀਦੇ। ਸੋ ਸੰਗਤ ਜੀ, ਬੜਾ ਵੀ ਵਧੀਆ ਪ੍ਰੋਗਰਾਮ ਇੱਥੇ ਕਰਾਏ ਜਾ ਰਹੇ ਹੈ। ਸਵੇਰ ਤੋਂ ਇੱਥੇ ਰਾਗੀ ਢਾਡੀ ਜਥੇ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਉੱਥੇ ਸ਼ਾਮ ਦੇ ਟਾਈਮ ਇਹ ਕਬੱਡੀ ਦਾ ਮੈਚ ਕੀਤਾ ਜਾਵੇਗਾ, ਜਿਸੇ ਆਪਾਂ ਕਹਿ ਲੈਂਦੇ ਕਿ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ 'ਚ ਗੁਲਤਾਨ ਹੋ ਚੁੱਕੀ ਹੈ, ਅੱਜ ਖੇਡਾਂ ਨਾਲ ਜੋੜਨ ਦੀ ਬਹੁਤ ਜ਼ਰੂਰ ਆ। ਉਸ ਸੰਬੰਧ ਵਿੱਚ ਹੋਰ ਵੀ ਇੱਥੇ ਮਾਂ ਹੈਗੇ ਨੇ ਆਪਣੇ ਬੁੱਧੀਜੀਵੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਭਾਈ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਅੱਜ ਪ੍ਰੋਗਰਾਮ ਮਨਾਇਆ ਜਾ ਰਿਹਾ ਅਤੇ ਉਸ ਤੋਂ ਬਾਅਦ ਕਬੱਡੀ ਦਾ ਮੈਚ ਕੀਤਾ ਜਾਏਗਾ, ਅਤੇ ਖੇਡਾਂ ਦੇ ਸਾਡੇ ਜੀਵਨ 'ਚ ਕੀ ਆਪਣੀ ਉਪਲਬਧੀਆਂ ਦੀ? ਖੇਡਾਂ ਦਾ ਇਹ ਆ ਵੀ ਬੱਚਿਆਂ ਨੂੰ ਇਸੇ ਤਰ੍ਹਾਂ ਉਤਸ਼ਾਹਿਤ ਕਰਨਾ ਚਾਹੀਦਾ ਵੀ ਜਿਹੜਾ ਬੱਚਾ ਖਿਡਾਰੀ ਬਣੂਗਾ ਉਹਦਾ ਧਿਆਨ ਜਿਹੜਾ ਨਸ਼ਿਆਂ ਤੋਂ ਰਹਿਤ ਹੋਊਗਾ। ਜਿਹੜਾ ਬੱਚਾ ਦੂਜੇ ਬੱਚੇ ਨੂੰ ਵੇਖੂਗਾ ਵੀ ਉਹਨੂੰ ਨਾਮ ਬੜਾ ਮਿਲਿਆ, ਕਬੱਡੀ 'ਚ ਨਾਮ ਮਿਲਦਾ, ਕੋਈ ਟਰੈਕਟਰ ਮਿਲਦਾ, ਵੱਡੀਆਂ ਵੱਡੇ ਨਾਮ ਮਿਲਦੇ ਆ, ਅਤੇ ਜਿਹੜੇ ਛੋਟੇ ਬੱਚੇ ਉਹਨਾਂ ਦੀ ਲਗਨ ਲੱਗ ਜਾਂਦੀ ਵੀ ਉਹਨਾਂ ਨੂੰ ਇੰਨਾ ਨਾਮ ਮਿਲਿਆ ਅਤੇ ਅਸੀਂ ਵੀ ਇਹੋ ਜਿਹੇ ਕੰਮ ਕਰੀਏ ਸਾਨੂੰ ਵੀ ਨਾਮ ਮਿਲ ਸਕਦਾ। ਇਸ ਕਰਕੇ ਜਿਹੜਾ ਉਪਰਾਲਾ ਨਾ ਕਬੱਡੀ ਦਾ ਬਹੁਤ ਵਧੀਆ। ਇਸੇ ਤਰ੍ਹਾਂ ਹਰ ਪਿੰਡ 'ਚ ਖੇਡਾਂ ਵੀ ਹੋਣੀਆਂ ਚਾਹੀਦੀਆਂ, ਖਿਡਾਰੀਆਂ ਨੂੰ ਨਾਮ ਵੀ ਦਿੱਤੇ ਜਾਣੇ ਚਾਹੀਦੇ ਆ। ਪਰ ਆਪਣੇ ਮੇਲੇ ਬਹੁਤ ਕਰਾਏ ਜਾਂਦੇ ਆ, ਸ਼ਤਾਬਦੀਆਂ ਮਨਾਈਆਂ ਜਾਂਦੀਆਂ ਨੇ, ਪਰ ਸਾਡੇ ਨੌਜਵਾਨ ਜਿਹੜੇ ਆ ਸਿੱਖੀ ਤੋਂ ਦੂਰ ਹੋਈ ਜਾਂਦੇ ਆ। ਅੱਜ ਆਪਾਂ ਕਹਿ ਲਈਏ ਕਿ ਨਸ਼ਿਆਂ ਦੀ ਦਲਦਲ ਵਿੱਚ ਵੀ ਬਹੁਤ ਨੌਜਵਾਨ ਫਸ ਚੁੱਕੇ ਆ। ਇਹ ਜਿਹੜਾ ਨਾ ਆਪਣਾ ਬੱਚਾ ਕੋਈ ਹੋਵੇ ਨਾ ਛੋਟਾ ਹੀ ਆ, ਉਹਨੂੰ ਜੇ ਉਹਦਾ ਮਾਂ ਪਿਓ ਗੁਰਦੁਆਰੇ ਰੋਜ਼ ਜਾਵੇ ਲੈ ਕੇ ਅਤੇ ਤਾਂ ਹੀ ਬੱਚਾ ਉਸ ਲੀਹ 'ਤੇ ਚੱਲੂਗਾ। ਜੇ ਮਾਂ ਪਿਓ ਨੇ ਨਹੀਂ ਕਦੀ ਗੁਰਦੁਆਰੇ ਮੱਥਾ ਟੇਕਿਆ ਤਾਂ ਬੱਚਾ ਕਿਤੇ ਮੱਥਾ ਟੇਕੂਗਾ? ਜੇ ਮਾਂ ਪਿਓ ਕਿਤੇ ਕਬਰਾਂ 'ਤੇ ਜਾ ਕੇ ਤੁਰਿਆ ਫਿਰੂਗਾ ਤਾਂ ਉਹਨਾਂ ਕਬਰਾਂ 'ਤੇ ਜਾਣਾ? ਜੇ ਮਾਂ ਪਿਓ ਗੁੱਲੀ ਡੰਡਾ ਖੇਡਦਾ ਫਿਰੂ ਤਾਂ ਬੱਚਿਆਂ ਨੇ ਗੁੱਲੀ ਡੰਡੇ ਖੇਡਣੇ ਆ। ਇਸ ਕਰਕੇ ਜਿਹੜਾ ਬੱਚਾ ਜਿਹੜੇ ਕੰਮ ਨੂੰ ਧਾਰਮਿਕ ਕੰਮ ਨੂੰ ਲੱਗੂਗਾ ਨਾ ਤਾਂ ਉਸ ਮਾਂ ਪਿਓ ਦੀ ਸਿੱਖਿਆ 'ਤੇ ਲੱਗ ਸਕਦਾ। ਜੇ ਇਹੋ ਜਿਹੇ ਆਉਂਦੇ ਹੁੰਦੇ ਆ ਨਾ ਕੋਕੋ, ਉਹੋ ਜਿਹੇ ਬੱਚੇ ਹੋ ਜਾਂਦੇ ਆ। ਤੁਸੀਂ ਗੱਲ ਕਵਰਾਂ ਦੀ ਕੀਤੀ ਆ, ਕਵਰਾਂ ਦੀ ਗੱਲ ਕਰੀ ਜਾਂਦੇ, ਘੱਟੋ ਲਗਭਗ 20-25 ਸਾਲ ਤੋਂ ਕਵਰਾਂ ਦਾ ਬਹੁਤ ਬੋਲਬਾਲਾ ਹੋ ਰਿਹਾ। ਦੀਵਿਆਂ ਦੇ ਪੁਜਾਰੀ ਲੋਕ ਜ਼ਿਆਦਾ ਬਣਦੇ ਜਾ ਰਹੇ ਆ, ਗੁਰੂ ਵੱਲੋਂ ਟੁੱਟਦੇ ਜਾ ਰਹੇ ਆ ਅਤੇ ਦੀਵਿਆਂ 'ਤੇ ਜ਼ਿਆਦਾ ਵਿਸ਼ਵਾਸ ਕਰਨ ਲੱਗ ਪਿਆ। ਕਿਹੜੀਆਂ ਕਮੀਆਂ ਲੱਗਦੀਆਂ? ਕੋਈ ਸਾਡੇ ਕੋਈ ਸਿੱਖ ਧਰਮ ਵਿੱਚ ਪ੍ਰਚਾਰ ਦੀ ਕਮੀ ਲੱਗਦੀ? ਨਹੀਂ, ਪ੍ਰਚਾਰ ਤਾਂ ਵੇਖੋ ਹੁਣ ਟੀਵੀ 'ਤੇ ਬਹੁਤ ਜ਼ਿਆਦਾ ਹੁੰਦੇ ਆ, ਤੁਹਾਡੇ ਜਿਹੜੇ ਆ ਮੀਡੀਆ ਵਾਲੇ ਆ ਇਹ ਵੀ ਪ੍ਰਚਾਰ ਹੀ ਕਰਨ ਡੇ, ਬਹੁਤ ਵਧੀਆ ਪ੍ਰਚਾਰ ਕਰਦੇ ਤੁਸੀਂ, ਪਰ ਇਹ ਆ ਵੀ ਸਾਡਾ ਧਿਆਨ ਨਹੀਂ ਲੋਕਾਂ ਦਾ ਇਸ ਵੱਲ। ਸਵੇਰੇ ਆਪਾਂ ਜਦੋਂ ਟੀ ਵੀ ਵੀ ਲਾਉਂਦੇ ਹਾਂ ਤਾਂ ਆਪਾਂ ਨੂੰ ਚਾਹੀਦਾ ਵੀ ਪਹਿਲਾਂ ਗੁਰਬਾਣੀ ਦਾ ਲਾਓ ਅਤੇ ਬੱਚਿਆਂ ਦਾ ਧਿਆਨ ਵੀ ਉਹਨੂੰ ਹੋਵੇ। ਜੇ ਮਾਂ ਪਿਓ ਟੀ ਵੀ ਵੇਖਣ ਡਿਆ ਹੋਊਗਾ ਨਾ ਗੁਰਬਾਣੀ ਦਾ ਅਤੇ ਬੱਚੇ ਵੀ ਇਹੋ ਵੇਖਣਗੇ ਵੀ ਸਾਡਾ ਮਾਂ ਪਿਓ ਜਿਹੜਾ ਉਹ ਕੀਰਤਨ ਨਾਲ ਜੁੜਿਆ ਅਤੇ ਅਸੀਂ ਵੀ ਉਹਨੂੰ ਜੁੜੀਏ। ਜੇ ਮਾਂ ਪਿਓ ਫਿਲਮਾਂ ਵੇਖੂਗਾ ਤਾਂ ਬੱਚਿਆਂ ਨੇ ਫਿਲਮਾਂ ਹੀ ਵੇਖਣੀਆਂ। ਇਸ ਕਰਕੇ ਆਪਾਂ ਨੂੰ ਚਾਹੀਦਾ ਵੀ ਜਿੰਨਾ ਵੀ ਹੋਵੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ ਅਤੇ ਗੁਰੂ ਘਰ ਜਾਈਏ ਅਤੇ ਗੁਰੂ ਘਰ ਦਾ ਸਤਿਕਾਰ ਕਰੀਏ ਅਤੇ ਸਭ ਤੋਂ ਵਧੀਆ ਇਹੋ ਸਿੱਖਿਆ। ਇਸ ਕਰਕੇ ਆਪ ਜੀ ਦਾ ਬੜਾ ਧੰਨਵਾਦ ਹੈ। ਪ੍ਰਦੇਸ਼ ਟੀ ਵੀ ਜੋ ਕਿ ਬਹੁਤ ਵਧੀਆ ਹੱਕ ਅਤੇ ਸੱਚ ਦੀ ਆਵਾਜ਼ ਉਠਾਉਂਦੇ ਜੀ, ਸਭ ਤੋਂ ਵਧੀਆ ਆਪ ਜੀ ਦਾ ਉਪਰਾਲਾ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਖਾਲਸਾ ਵਾਹਿਗੁਰੂ।